ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲਾ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਬਹੁਤ ਹੀ ਚੀਜ਼ਾਂ ਵਾਪਰ ਗਈਆਂ ਲੇਕਿਨ ਇੱਕ ਮੈਂ ਗੱਲ ਤੁਹਾਡੇ ਸਾਡੇ ਸਾਰੇ ਮਾਣਮੱਤੇ ਦਰਸ਼ਕਾਂ ਨਾਲ ਕਲੀਅਰ ਕਰਦਾ ਕਿ ਬਹੁਤ ਸੋਸ਼ਲ ਮੀਡੀਆ ਤੇ ਰੌਲਾ ਪਿਆ ਹੋਇਆ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਾ ਦਿੱਤੇ ਗਏ ਨੇ ਪੰਜਾਬ ਕਾਂਗਰਸ ਦੇ। ਮੈਂ ਤੁਹਾਨੂੰ ਵੈਰੀ ਕਲੀਅਰ ਕਰਦਾ ਕਿ ਆਫੀਸ਼ੀਅਲੀ ਹੱਲੇ ਤਾਈਂ ਕੋਈ ਅਨਾਊਂਸ ਨਹੀਂ ਹੋਇਆ ਹੈ, ਹਾਲੇ ਤਾਈਂ ਕੋਈ ਅਨਾਊਂਸਮੈਂਟ ਨਹੀਂ ਹੋਈ ਆਫੀਸ਼ੀਅਲੀ। ਬਹੁਤ ਬਹੁਤ ਵਲਵਲੇ ਨੇ, ਬਹੁਤ ਜ਼ਿਆਦਾ ਇਹ ਚੀਜ਼ਾਂ ਉੱਭਰ ਕੇ ਆ ਰਹੀਆਂ, ਖਾਸ ਕਰਕੇ ਪਿਛਲੇ 1-2 ਘੰਟਿਆਂ ਤੋਂ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਪੰਜਾਬ ਸਟੇਟ ਦੇ ਕਾਂਗਰਸ ਪ੍ਰਧਾਨ ਲਗਾ ਦਿੱਤੇ ਗਏ ਨੇ। ਵਿਜੇਇੰਦਰ ਸਿੰਗਲਾ ਉਹਨਾਂ ਦੇ ਨਾਲ ਐਕਟਿਵ ਪ੍ਰਧਾਨ ਅਤੇ ਚੌਧਰੀ ਸੰਤੋਖ ਸਿੰਘ ਐਕਟਿਵ ਪ੍ਰਧਾਨ ਲਾ ਦਿੱਤੇ ਗਏ ਨੇ ਅਤੇ ਕੋਈ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕੋਈ ਅਹੁਦਾ ਦਿੱਤਾ ਗਿਆ ਵੱਡਾ। अगेन मैं क्लीयर करदा ऑफिशियली हाले तक कुछ भी अनाउंस नहीं होया है। सो जो अनाउंस होगा तो रूबरू तुहाडे जरूर तक एक खबर पहुँचा दी जाऊगी। अगे वधदे दर्शकों कि दिल्ली पुलिस ने एक अनाउंस किया है कि कोई भी ड्रोन 16 अगस्त तक दिल्ली शहर के उत्ते नहीं उड़ेगा या इदा का कोई भी वस्तु, क्योंकि 15 अगस्त की सिक्योरिटी लैके अनाउंस किया गया। उस तो बाद श्रोमणी अकाली दल के प्रधान सरदार सुखबीर सिंह वालों यह कहा जाना कि असी जे साड़ी सरकार आई तो 2 उप मुख्यमंत्री लाए जाएंगे। देखते दे आने वाला वक्त दसूगा। दर्शकों एक पॉजिटिव खबर बहुत चंकी लगी, पंजाब ਦਾ ਇੱਕ ਡਿਸਟ੍ਰਿਕਟ, ਇਹ ਪੂਰੀ ਇੰਡੀਆ ਦੇ ਵਿੱਚ ਹਿਸਟਰੀ 'ਚ ਪਹਿਲੀ ਵਾਰ ਹੈ ਪੰਜਾਬ ਦਾ ਇੱਕ ਡਿਸਟ੍ਰਿਕਟ ਫਿਰੋਜ਼ਪੁਰ ਇੱਕ ਇਹੋ ਜਿਹਾ ਡਿਸਟ੍ਰਿਕਟ ਬਣ ਗਿਆ ਕਿ ਪਿਛਲੇ 24 ਘੰਟਿਆਂ 'ਚ ਨਾ ਤਾਂ ਕੋਈ ਕਰੋਨਾ ਕੇਸ ਆਇਆ ਅਤੇ ਨਾ ਹੀ ਕੋਈ ਕਰੋਨਾ ਦੀ ਵਜ੍ਹਾ ਨਾਲ ਕੋਈ ਡੈਥ ਹੋਈ ਹੈ। ਫਿਰੋਜ਼ਪੁਰ ਡਿਸਟ੍ਰਿਕਟ ਇੰਡੀਆ ਦਾ ਪਹਿਲਾ ਡਿਸਟ੍ਰਿਕਟ ਬਣ ਗਿਆ ਹੈ ਕਿ ਪਿਛਲੇ 24 ਘੰਟਿਆਂ 'ਚ ਨਾ ਕੋਈ ਕਰੋਨਾ ਨਾਲ ਡੈਥ ਹੋਈ ਹੈ ਅਤੇ ਨਾ ਕੋਈ ਕੇਸ ਨਵਾਂ ਆਇਆ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਕਿ ਗੁਰਦੁਆਰਾ ਭਾਈ ਤਾਰੂ ਸਿੰਘ ਪਾਕਿਸਤਾਨ ਗੌਰਮੈਂਟ ਵੱਲੋਂ ਉਹ ਸੀਲ ਕਰ ਦਿੱਤਾ ਜਾਣਾ ਕਿਉਂਕਿ ਕੁਝ ਜ਼ਮੀਨ ਨੂੰ ਲੈ ਕੇ ਵਿਵਾਦ ਔਰ ਵਿਵਾਦ ਵੱਧਦਾ ਜਾ ਰਿਹਾ ਸੀ। ਛੇਤੀ ਖੋਲ੍ਹ ਦਿੱਤਾ ਜਾਏਗਾ, ਇਹ ਅਫੀਸ਼ਲਸ ਦੀ ਸਟੇਟਮੈਂਟ ਹੈ, ਜਦੋਂ ਕੋਈ ਵੀ ਮਾਮਲਾ ਸੈਟਲ ਹੋ ਜਾਏਗਾ ਤਾਂ। ਦਰਸ਼ਕੋ ਇੱਕ ਨਾ ਬਹੁਤ ਵੱਡੀ ਕਨਫਿਊਜ਼ਨ ਸੀਗੀ ਜਿਹੜੀ ਸੁਪਰੀਮ ਕੋਰਟ ਨੇ ਝਾੜ ਪਾਈ ਹੈ, IPC ਇੰਡੀਅਨ ਪੈਨਲ ਕੋਡ 124A, ਇਹ 1860 ਦੇ ਕਰੀਬ ਆਈ ਸੀ ਦਰਸ਼ਕੋ। ਇਹਦੇ ਵਿੱਚ ਇੱਕ ਹੋਰ ਸੈਕਸ਼ਨ ਸੀਗਾ ਕਿ ਇਨਫੋਰਮੇਸ਼ਨ ਟੈਕਨੋਲੋਜੀ ਦੇ ਬਾਰੇ ਕਿ ਅਗਰ ਕੋਈ ਗਲਤ ਅਫਵਾਹਾਂ ਫੈਲਾਏਗਾ ਤਾਂ ਉਹਦੇ ਉੱਤੇ ਉਹ ਧਰਾਵਾਂ ਲੱਗ ਜਾਣਗੀਆਂ, ਜਿਹੜੀਆਂ ਕਿ ਰੀਸੈਂਟਲੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਉਹ ਜਿਹੜਾ ਸੈਕਸ਼ਨ ਸੀ ਉਹ ਰੱਦ ਕਰ ਦਿੱਤਾ, ਲੇਕਿਨ ਪੂਰੀ ਪੁਲਿਸ ਫੋਰਸ ਇੰਡੀਆ ਦੀ, ਚਾਹੇ ਕਿਸੇ ਵੀ ਸਟੇਟ ਦੀ ਹੋਵੇ, ਹਾਲੇ ਪੂਰੀ ਉਹਨਾਂ ਨੂੰ ਜਾਣਕਾਰੀ ਨਹੀਂ ਤਾਂ ਅਰੈਸਟਾਂ ਫਿਰ ਵੀ ਉਹ ਪਾ ਰਹੇ ਨੇ ਇਹਦੇ ਉੱਤੇ। ਦਰਸ਼ਕਾਂ ਅੱਜ ਬਹੁਤ ਵੱਡਾ ਮੁੱਦਾ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਕੱਟ ਅਤੇ ਬਿਜਲੀ ਦੀ ਜਿਹੜੀ ਕਮੀ ਆ ਰਹੀ ਹੈ ਉਹਦੇ ਉੱਤੇ ਹੈ, ਪਰ ਆਪਾਂ ਗੱਲ ਨਵਜੋਤ ਸਿੰਘ ਸਿੱਧੂ ਦੀ ਵੀ ਜ਼ਰੂਰ ਕਰਾਂਗੇ ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਤੱਕ ਇਹ ਸਭ ਕੁਝ ਅਨਾਊਂਸ ਹੋ ਜਾਏਗਾ ਜਾਂ ਇੱਧਰ ਜਾਂ ਉੱਧਰ, ਦੇਖਦੇ ਆਉਣ ਵਾਲਾ ਗੱਲ ਕੱਲ੍ਹ ਕੀ ਲੈ ਕੇ ਆਉਂਦਾ ਆ। ਇਹ ਕਿਉਂ ਵੱਡੇ ਜਿਹੜੇ 4 ਪਲਾਂਟ ਲਗਾਏ ਗਏ ਪ੍ਰਾਈਵੇਟ ਕੰਪਨੀਆਂ ਵੱਲੋਂ ਅਤੇ ਉਹਨਾਂ ਨਾਲ ਇੱਦਾਂ ਦੇ ਐਗਰੀਮੈਂਟ ਕਿਉਂ ਕੀਤੇ ਗਏ ਔਰ ਐਗਰੀਮੈਂਟ ਐਕਚੁਅਲੀ ਹੈ ਕੀ ਉਹ, ਕਿ ਜੇ ਉਹ ਇਲੈਕਟ੍ਰੀਸਿਟੀ ਪ੍ਰੋਡਿਊਸ ਹੀ ਨਹੀਂ ਕਰਨਗੇ, ਜੋ ਬਿਜਲੀ ਬਣਾਉਣਗੇ ਹੀ ਨਹੀਂ, ਸਟੇਟ ਨੂੰ ਦੇਣਗੇ ਹੀ ਨਹੀਂ, ਤਾਂ ਵੀ ਉਹਨਾਂ ਨੂੰ ਪੰਜਾਬ ਗੌਰਮੈਂਟ ਬੈਠਿਆਂ ਨੂੰ ਪੈਸਾ ਦੇਵੇਗੀ, ਇਹ ਹੈ ਕੀ ਹੈ ਔਰ ਇਹ ਕਿਉਂ ਲਿਆਂਦੇ ਗਏ। ਔਰ ਉਸ ਤੋਂ ਬਾਅਦ ਸਰਕਾਰ ਕਾਂਗਰਸ ਦੀ ਆਈ, 4.5 ਸਾਲ ਤੋਂ ਉੱਪਰ ਦਾ ਸਮਾਂ ਉਹਨਾਂ ਦਾ ਹੋ ਗਿਆ ਹੈ, ਉਹਨਾਂ ਨੇ ਕੈਂਸਲ ਕਿਉਂ ਨਹੀਂ ਕੀਤੇ। ਇਹਨਾਂ ਸਾਰਿਆਂ ਬਾਰੇ ਆਪਾਂ ਗੱਲ ਕਰਾਂਗੇ। ਆਪਣੇ ਨਾਲ ਮੁਐਜ਼ਜ਼ ਮਹਿਮਾਨ ਇੰਡੀਆ ਤੋਂ ਬਣੇ ਹੋਏ ਨੇ, ਡਾਕਟਰ ਪਿਆਰੇ ਲਾਲ ਗਰਗ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਆ ਗੱਲਾਂ ਪੁੱਛਦੇ ਹਾਂ। ਡਾਕਟਰ ਸਾਹਿਬ ਸਵਾਗਤ ਜੀ ਤੁਹਾਡਾ ਓਪਨ ਪਲੇਟਫਾਰਮ ਪ੍ਰੋਗਰਾਮ 'ਤੇ ਜਸ ਪੰਜਾਬੀ ਦੇ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਜੀ ਬਹੁਤ ਬਹੁਤ। ਡਾਕਟਰ ਸਾਹਿਬ ਸਿਹਤ ਕਿੱਦਾਂ, ਠੀਕ ਹੈ, ਪਰਿਵਾਰ ਠੀਕ ਹੈ? ਬਿਲਕੁਲ ਠੀਕ ਜੀ, ਬਿਲਕੁਲ ਠੀਕ। ਡਾਕਟਰ ਸਾਹਿਬ ਪਹਿਲਾਂ ਨਾ ਬਿਜਲੀ ਵਾਲਿਆਂ ਤੋਂ ਪਹਿਲਾਂ ਮੈਂ ਇੱਕ ਕਲੀਅਰ ਕਰਦਾ ਆਪਣੇ ਦਰਸ਼ਕਾਂ ਨਾਲ ਔਰ ਤੁਸੀਂ ਵੀ ਇਲੈਬਰੇਟ ਕਰਿਓ ਕਿ ਇਹ ਜਿਹੜਾ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਬਹੁਤ ਖਾਸ ਕਰਕੇ ਪਿਛਲੇ 2-3 ਘੰਟਿਆਂ ਦੇ ਤਾਂ ਸੋਸ਼ਲ ਮੀਡੀਆ 'ਤੇ ਗਾਹ ਪਿਆ ਹੋਇਆ ਕਿ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ, ਨਾਲ 2 ਵਿਜੇਇੰਦਰ ਸਿੰਗਲਾ ਅਤੇ ਚੌਧਰੀ ਸੰਤੋਖ ਸਿੰਘ ਨੂੰ ਬਣਾ ਦਿੱਤਾ ਗਿਆ, ਆਫੀਸ਼ੀਅਲੀ ਹਾਲੇ ਕਿਤੇ ਅਨਾਊਂਸ ਨਹੀਂ ਹੋਇਆ। ਮੈਨੂੰ ਇਹ ਦੱਸੋ ਵੀ ਅਫਵਾਹਾਂ ਕਿਉਂ ਨੇ? ਉਸ ਤੋਂ ਬਾਅਦ ਮੰਨ ਲਓ ਇਹ ਹੋ ਵੀ ਜਾਂਦਾ ਤਾਂ ਪੰਜਾਬ ਦਾ ਭਲਾ ਕਿੱਥੇ, ਮੈਨੂੰ ਇਹ ਦੱਸੋ। ਔਰ ਉਸ ਤੋਂ ਬਾਅਦ ਮੈਂ ਤੀਸਰਾ ਕੁਐਸਚਨ ਦੇ ਨਾਲ ਇਹ ਖੜਾ ਹੋ ਜਾਂਦਾ ਕਿ ਨਵਜੋਤ ਸਿੰਘ ਸਿੱਧੂ ਤਾਂ ਕੈਬਨਿਟ ਮਿਨਿਸਟਰ ਸੀਗੇ, ਉਹ ਤਾਂ ਕੋਈ ਅਹੁਦਾ ਚਾਹੁੰਦੇ ਹੀ ਨਹੀਂ ਸੀਗੇ, ਜੇ ਉਹਨਾਂ ਨੂੰ ਆ ਮਿਲ ਵੀ ਜਾਂਦਾ ਤਾਂ ਕਿ ਉਹ ਰਲ ਕੇ ਚੱਲਣਗੇ ਅੱਗੇ? ਪਹਿਲਾਂ ਇਹ 'ਤੇ ਚਾਨਣਾ ਪਾਓ, ਬਾਕੀ ਫਿਰ ਆਪਾਂ ਬਾਅਦ 'ਚ ਕਰਦੇ ਹਾਂ।
ਬਿਲਕੁਲ ਠੀਕ ਹੈ ਗੁਰਪਾਲ ਜੀ। ਰਾਤ ਦਾ ਅਸਲ 'ਚ ਸਾਰੇ ਨਾਮ ਨੇ, ਕਿਉਂਕਿ ਸਾਡੇ ਸਿਸਟਮ ਇਹੋ ਜਿਹਾ ਹੈ ਵੀ ਜੀ ਹਰ ਗੱਲ ਜਿੰਨੀਆਂ ਪਾਰਟੀਆਂ ਦੀ ਅੰਦਰ ਦੀ ਵੀ ਹੋਵੇ ਉਹ ਵੀ ਬਾਹਰ ਫਟਾਫਟ ਆ ਜਾਂਦੀ ਹੈ, ਇੰਨਾ ਜੇ ਸਾਡੇ ਹੈ ਨਹੀਂ ਸਿਸਟਮ ਕੀ ਹੈ। ਇਹ ਰਾਤ ਤੋਂ ਗੱਲ ਸਾਰਿਆਂ ਦੇ ਸਾਹਮਣੇ ਆ ਗਈ ਜੀ, ਇਹ ਬਣਾ ਰਹੇ ਨੇ ਵਿਜੇਂਦਰ ਸਿੰਗਲਾ ਨੂੰ ਜਿਹੜਾ ਹੈਗਾ ਨਾਲ ਐਕਟਿੰਗ ਪ੍ਰਧਾਨ ਬਣਾ ਦੇਣਾ, ਚੌਧਰੀ ਸੰਤੋਖ ਸਿੰਘ ਨੂੰ ਬਣਾ ਦੇਣਾ, ਜੀ ਅਤੇ ਉਹਨਾਂ ਨੂੰ ਸ਼ਾਇਦ ਜਿੱਥੋਂ ਤੱਕ ਮੈਨੀਫੈਸਟੋ ਕਮੇਟੀ ਦਾ ਬਾਜਵਾ ਜੀ ਨੂੰ ਬਣਾ ਦੇਣਾ, ਜਾਂ ਬਾਜਵਾ ਕੈਪਟਨ ਸਾਹਿਬ ਨੂੰ ਕੰਪੇਨ ਦਾ ਇੰਚਾਰਜ ਬਣਾ ਦੇਣਾ, ਜਿਹੜੀ ਕੰਪੇਨ ਹੋਏਗੀ, ਇਹੋ ਜਿਹਾ ਬੜਾ ਕੁਛ ਹੈਗਾ। ਇਹ ਜੀ 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 ਸੀਐਮ ਉਹਨਾਂ ਦਾ ਰਹਿਣਾ ਹੀ ਰਹਿਣਾ। ਜੀ ਸੋ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਸੀ, ਜਦ ਇਹ ਇਹਨਾਂ ਦੀ ਪ੍ਰਧਾਨਗੀ ਦੀ ਗੱਲ ਆਈ ਨਾ ਜੀ, ਆਪਾਂ ਇਹਨੂੰ ਹਿਸਟਰੀ ਥੋੜ੍ਹੀ ਜਿਹੀ ਦੇਖਣ ਦੀ ਲੋੜ ਹੈ ਜੀ ਸਾਰੇ ਜੀ ਜੀ ਦਰਸ਼ਕਾਂ ਸਾਹਮਣੇ। ਜੀ 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 ਉਸੇ ਦਿਨ ਤੋਂ ਕੈਪਟਨ ਸਾਹਿਬ ਨੇ ਇਹ ਕਹਿਣਾ ਸ਼ੁਰੂ ਕਰਤਾ ਸੀ, ਪਹਿਲਾਂ ਤਾਂ ਜਾਖੜ ਨੂੰ ਉਡਾਉਣ ਵਾਸਤੇ ਇੱਕ ਪੈਰਲਲ ਕੈਪਟਨ ਸਾਹਿਬ ਨੇ ਤਿਆਰ ਕਰ ਲਏ ਮਨੀਸ਼ ਤਿਵਾੜੀ ਜੀ। ਜੀ ਮਨੀਸ਼ ਤਿਵਾੜੀ ਕੋਈ ਪੰਜਾਬ 'ਚ ਐਡੇ ਵੱਡੇ, ਮਤਲਬ ਜਿਵੇਂ ਜਾਖੜ ਸਾਹਿਬ ਨੇ ਜਾਂ ਕੋਈ ਹੋਰ ਨੇ, ਉਸ ਹਿਸਾਬ ਨਾਲ ਠੀਕ ਹੈ ਵੱਡੇ ਲੀਡਰ ਨੇ ਉਹ ਕਾਂਗਰਸ ਵਾਸਤੇ, ਜੀ ਲੋਕਾਂ 'ਚ ਮਨੀਸ਼ ਤਿਵਾੜੀ ਕੋ ਉਹ ਵੱਡੇ ਉਸ ਤਰੀਕੇ ਦੇ ਲੀਡਰ ਨਹੀਂ ਹੈਗੇ ਅਜੇ ਤੱਕ। ਚਲੋ ਉਹ ਤਿਆਰ ਕਰ ਲਏ ਵੀ ਮੈਂ ਇਹ ਜੀ ਦਰਸ਼ਕਾਂ ਨੂੰ ਹਿੰਦੂ ਕਲੀਅਰ ਚੀਜ਼ ਹੈ। ਕਰਦਾ, ਸ਼੍ਰੀ ਮਨੀਸ਼ ਤਿਵਾੜੀ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਿਟਿੰਗ ਐਮਪੀ ਨੇ, ਉਹਨਾਂ ਦੀ ਗੱਲ ਕਰ ਰਹੇ, ਉਹਨਾਂ ਦੇ ਫਾਦਰ ਸਾਹਿਬ ਐਮਪੀ ਵੀ ਨੇ ਹਾਂਜੀ ਕਾਂਗਰਸ ਦੇ ਲੀਡਰ ਹੁੰਦੇ ਸੀ ਹਾਂ, ਪੰਜਾਬ ਔਰ ਲੁਧਿਆਣਾ ਇਹ ਨਾਮ ਬੜੇ ਬਿਲੋਂਗ ਕਰਦੇ ਜੀ। ਤਕੜੇ ਲੀਡਰ ਸੀ ਹਾਂਜੀ ਤਕੜੇ ਹਾਂਜੀ ਲੀਡਰ ਸੀਗੇ, ਮਨੀਸ਼ ਤਿਵਾੜੀ ਜੀ ਵੀ ਤਕੜੇ ਲੀਡਰ ਨੇ, ਕਾਂਗਰਸ ਦੇ ਬੁਲਾਰੇ ਰਹੇ ਨੇ ਜੀ 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 ਹਾਂ, AICC ਦੇ ਬੁਲਾਰੇ ਰਹੇ ਨੇ ਮਨੀਸ਼ ਤਿਵਾੜੀ ਜੀ। ਤੇ ਮਨੀਸ਼ ਤਿਵਾੜੀ ਜੀ ਦਾ ਕਰਤੱਵ ਜੀ ਹਿੰਦੂ ਚਿਹਰਾ ਚਾਹੀਦਾ, ਕਿਉਂਕਿ ਕਾਂਗਰਸ ਵੀ ਸਿੱਧੇ ਓਪਨਲੀ ਉਹ ਹਿੰਦੂ ਸਿੱਖ ਵਾਲੀ ਪਾਲਸੀ ਦੇ ਉੱਤੇ ਵੀ ਜੇ ਪ੍ਰਧਾਨ ਉਹ ਹੈ ਤਾਂ ਜਿਹੜਾ ਜੇ ਸੀਐਮ ਕੋਈ ਸਰਦਾਰ ਹੈ ਤਾਂ ਦੂਜਾ ਹਿੰਦੂ ਹੋਵੇ ਪ੍ਰਧਾਨ। ਜੀ ਹਾਲਾਂਕਿ ਜੀ ਮੈਨੂੰ ਲੱਗਦਾ ਨਹੀਂ ਇਹਦੇ 'ਚ ਜਿਹੜਾ ਸੀਐਮ ਕੌਣ ਹੈ, ਡਿਪਟੀ ਸੀਐਮ ਕੌਣ ਹੈ, ਮਿਨਿਸਟਰ ਕੌਣ ਨੇ ਅਤੇ ਪ੍ਰਧਾਨ ਕੌਣ ਹੈ ਕਿਸੇ ਪਾਰਟੀ ਦਾ, ਉਪ ਪ੍ਰਧਾਨ ਕੌਣ ਹੈ, ਇਹ ਗੱਲਾਂ ਜਿਹੜੀਆਂ ਜਾਂ ਸੈਕਟਰੀ ਕੌਣ ਨੇ ਉਹਨਾਂ ਦੇ, ਇਹ ਗੱਲਾਂ ਇਸ ਵਾਸਤੇ ਨੇ ਕਿ ਸਟੇਟ ਚੰਗੀ ਚੱਲੇ। ਉਹ ਜੇ ਤੁਸੀਂ ਜਾਤ ਪਾਤ ਦੇ ਧਰਮ ਦੇ ਨਾਂ 'ਤੇ ਡਿਸਾਈਡ ਕਰੋਗੇ, ਫਿਰ ਮੈਂ ਇਹ ਨਹੀਂ ਕਹਿੰਦਾ ਵੀ ਉਹ ਜਿਹਾ ਕੋਈ ਉਹਨਾਂ ਦਾ ਕੰਬੀਨੇਸ਼ਨ ਨਾ ਹੋਵੇ, ਕੋਈ ਬੈਲੈਂਸਿੰਗ ਨਾ ਹੋਵੇ, ਜੀ ਕੋਈ ਦੂਜੀ ਕਮਿਊਨਿਟੀ ਨੂੰ ਐਂ ਨਾ ਲੱਗੇ ਵੀ ਸਾਨੂੰ ਛੱਡ ਹੀ ਦਿੱਤਾ, ਜੀ ਪਰ ਜੀ ਉਹਨੂੰ ਬਿਲਕੁਲ ਉਸੇ ਨੂੰ ਹੀ ਆਧਾਰ ਬਣਾ ਕੇ ਚੱਲਣਾ, ਤਾਂ ਮੈਨੂੰ ਲੱਗਦਾ ਨਹੀਂ ਵੀ ਫਿਰ ਇਹ ਸੈਕੂਲਰ ਪੋਲਿਟਿਕਸ ਦਾ ਇੱਕ ਨਿਸ਼ਾਨੀ ਹੈ, ਔਰ ਫਿਰ ਉਹਦਾ ਪ੍ਰਚਾਰ ਕਰਨਾ ਡਾਕਟਰ ਸਾਹਿਬ ਇਹ ਇੱਥੇ ਉਦੋਂ ਵੀ ਨਾ ਮਾੜਾ। ਵੱਡੇ ਵੱਡੇ ਕਾਰਪੋਰੇਟਸ ਜਿਹੜੇ ਹੁੰਦੇ ਆ, ਕੰਪਨੀਆਂ ਹੁੰਦੀਆਂ ਚਾਹੇ ਸਰਕਾਰੀ ਆਫਿਸਿਸ ਹੋਣੇ ਨਾ, ਉੱਥੇ ਮੀਟਿੰਗ ਹੁੰਦੀ ਆ, ਉਹ ਮੀਟਿੰਗ ਦਾ ਨਾਮ ਰੱਖਿਆ ਹੁੰਦਾ FOR ਫੋਰ ਫੋਕਸ ਔਨ ਰਿਜ਼ਲਟ। ਉਹ ਕਹਿੰਦੇ ਜਿਹਨੂੰ ਮਰਜ਼ੀ ਤੁਸੀਂ ਛੋਟਾ ਅਹੁਦਾ ਦੇ ਦਿਓ, ਜੋ ਮਰਜ਼ੀ ਕਰੋ, ਜਿਹੜੇ ਰਿਜ਼ਲਟ ਆ ਸਾਨੂੰ ਉਹ ਹੋਣੇ ਚਾਹੀਦੇ ਆ। ਕਹਿੰਦਾ ਮਤਲਬ ਹਰ ਨਾਗਰਿਕ ਨੂੰ ਬਹੁਤ ਵਧੀਆ ਜੀਵਨ ਯਾਪਨ ਮਿਲੇ ਉਹ ਹੋਵੇ, ਉਹਦੇ ਜਿਹਨੂੰ ਮਰਜ਼ੀ ਦੇਈ ਚੱਲੋ। ਹਾਂਜੀ ਸੌਰੀ ਅੱਗੇ ਚੱਲੋ। ਐਗਜੈਕਟਲੀ ਸੋ ਜੇ ਜਿੰਨਾ 'ਚ ਅਸੀਂ ਨਤੀਜਾ ਓਰੀਐਂਟਡ ਨਹੀਂ ਹੈਗੇ, ਨਤੀਜਾ ਕੋਈ ਨਿਕਲਣਾ ਨਹੀਂ, ਤੁਸੀਂ ਬਦਲੀ ਜਾਓ, ਮੋਹਰੇ ਬਦਲੀ ਜਾਓ, ਘੋੜੇ ਬਦਲੀ ਜਾਓ, ਉਹਦੇ 'ਚੋਂ ਕੀ ਨਿਕਲਣਾ ਜੇ ਪੰਜਾਬ ਨੂੰ ਮਿਲਣਾ। ਹੁਣ 4.5 ਸਾਲ ਪਹਿਲਾਂ ਬੜੀ ਏਡੀ ਥੰਪਿੰਗ ਮੈਜੋਰਿਟੀ ਨਾਲ ਕਾਂਗਰਸੀ ਸਰਕਾਰ ਆਈ, 78 MP ਜੀ MLA, ਛੋਟੀ ਗੱਲ ਨਹੀਂ ਸੀ। ਆਪੋਜੀਸ਼ਨ ਦੇ ਇੰਨੇ ਖੱਖੜੀਆਂ ਕਰੇਡੇ ਹੋ ਗਏ ਵੀ ਜਿਹੜੀ ਮੇਨ ਪਾਰਟੀ 10 ਸਾਲ ਰੂਲ ਕਰਦੀ ਰਹੀ ਲਗਾਤਾਰ, ਉਹ ਤੋਂ ਪਹਿਲਾਂ ਵੀ ਕਰਦੀ ਰਹੀ, ਮਤਲਬ ਹੁਣ ਕੰਟੀਨਿਊਟੀ 'ਚ ਕਰਦੀ ਸੀ, ਹਾਂਜੀ, ਉਹ 15 'ਤੇ ਸਿਮਟ ਕੇ ਰਹਿ ਗਈ, ਉਹ LOP ਵੀ ਨਹੀਂ ਬਣ ਪਾਈ। ਹਾਂਜੀ ਸੋ ਇਹ ਜੇ ਇੰਨੀ ਵੱਡੀ ਗਿਣਤੀ ਇਹਨਾਂ ਨੂੰ ਮਿਲੀ ਸੀ ਤਾਂ ਉਹਦੇ ਵਿੱਚ ਜਿਹੜੇ ਵਾਅਦੇ ਕਰੇ ਸੀ ਜੀ ਉਹਨਾਂ ਨੂੰ ਲਾਗੂ ਕਰਨ ਵਾਸਤੇ ਡਾਇਰੈਕਸ਼ਨ 'ਚ ਚੱਲਣਾ ਜ਼ਰੂਰੀ ਸੀ। ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਮੈਨੀਫੈਸਟੋ 'ਚ ਵਾਅਦੇ ਹੁੰਦੇ ਨੇ ਉਹ ਸਾਰੇ ਪੂਰੇ ਹੋ ਜਾਂਦੇ ਨੇ, ਜੀ 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 ਉਸ ਦਿਸ਼ਾ 'ਚ ਚੱਲਣ ਦੀ ਲੋੜ ਹੁੰਦੀ ਹੈ। ਇਹ ਉਸ ਦਿਸ਼ਾ 'ਚ ਨਸ਼ਿਆਂ ਬਾਰੇ ਥੋੜ੍ਹਾ ਬਹੁਤਾ ਚੱਲੇ, ਪਰ ਉਹ ਵੀ ਲੋਕਾਂ ਨੂੰ ਇਨਵੋਲਵ ਨਹੀਂ ਕਰਿਆ, ਇਸ ਕਰਕੇ ਕ੍ਰਿਟੀਸਿਜ਼ਮ ਸ਼ੁਰੂ ਹੋ ਗਿਆ। ਜੀ ਜੀ ਹਾਲਾਂਕਿ ਊਟ ਕੇਂਦਰ ਹੋਰ ਇਹਨਾਂ ਨੇ ਲਿਆਂਦੇ, ਉਹ ਇੱਕ ਨਵੀਂ ਗੱਲ ਸੀਗੀ, ਔਰ ਉਹ ਗਿਣਤੀ ਵੀ ਵਧਾਈ। ਜਸ TV 'ਤੇ ਇੱਥੇ ਜਿਹੜੇ ਚੱਲਦੇ ਨੇ, ਇੱਥੋਂ ਇੱਕ ਵਾਰੀ ਚਰਚਾ ਦੇ ਵਿੱਚ ਮੈਂ ਕਿਹਾ ਵੀ 80 ਕਿਉਂ ਨੇ, ਇਹ ਤਾਂ 200 ਚਾਹੀਦਾ, ਇਹਨਾਂ ਨੇ ਮੁੜ ਕੇ ਹੌਲੀ ਹੌਲੀ 200 ਵੀ ਕਰਤਾ। ਸੁਣਦੇ ਵੀ ਨੇ, ਇਹੋ ਜਿਹੀ ਗੱਲ ਨਹੀਂ ਹੈ ਵੀ ਜਿਹੜੀ ਮੀਡੀਆ 'ਚ ਆਉਂਦੇ ਨੇ, ਜਿਹੜੇ ਤੁਹਾਡੇ ਚੈਨਲਾਂ 'ਤੇ ਆਉਂਦੇ ਨੇ, ਉਹਦੀ ਗੱਲ ਵੀ ਸੁਣਦੇ ਆ। ਮੈਂ ਇਹ ਕੋਈ ਇਹ ਮੇਰੀ ਦੌਰ ਹੈ ਜੀ ਜੀ, ਪਰ ਜਿਹੜੀ ਲੋਕਾਂ ਦੀ ਪਾਰਟੀਸਪੇਸ਼ਨ ਕਰਾਉਣੀ ਸੀ ਉਹ ਨਹੀਂ ਕਰਾਈ। ਇੱਦਾਂ ਹੀ ਇੱਕ ਹੋਰ ਐਗਜ਼ਾਮਪਲ ਦੇਵਾਂਗਾ, ਕੋਵਿਡ ਦੇ ਉੱਤੇ ਮੈਂ ਕਿਹਾ ਵੀ ਆਸ਼ਾ ਦੇ ਰਾਹੀਂ ਸਰਵੇ ਕਿਉਂ ਨਹੀਂ ਕਰਾਉਂਦੇ। ਮੈਨੂੰ ਨਹੀਂ ਪਤਾ ਕਿਵੇਂ ਕਲਿੱਕ ਕਰੀਏ ਇਹਨਾਂ ਨੂੰ ਇਹ ਗੱਲ, ਇਹ ਮੈਂ ਮੀਡੀਆ 'ਚ ਕਿਹਾ, ਹਾਂਜੀ ਹਾਂਜੀ ਚੈਨਲ 'ਤੇ ਚਰਚਾ 'ਚ, ਇਹਨਾਂ ਨੇ ਸੱਚੀ ਮੁੱਚੀ ਪਹਿਲੀ ਸਟੇਟ ਸੀ ਪੰਜਾਬ ਦੀ ਕੇਰਲਾ ਤੋਂ ਬਾਅਦ ਜਿਹਨੇ ਘਰ ਘਰ ਸਰਵੇਖਣ ਆਸ਼ਾ ਰਾਹੀਂ ਕਰਿਆ। ਕੇਰਲਾ ਤਾਂ ਆਪਦੇ ਤਰੀਕੇ ਨਾਲ ਪਹਿਲਾਂ ਹੀ ਸ਼ੁਰੂ ਕਰਿਆ ਹੋਇਆ ਜੀ ਸੀ, ਜੀ 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 ਪੰਜਾਬ ਸਰਵੇਖਣ ਕਰਾ, ਔਰ ਪ੍ਰਾਈਮ ਮਿਨਿਸਟਰ ਮੋਦੀ ਨੂੰ ਕਹਿਣਾ ਪਿਆ ਵੀ ਹਾਂ ਪੰਜਾਬ ਨੇ ਬਹੁਤ ਸਿਰੇ ਦਾ ਕੰਮ ਕਰਿਆ। ਹਾਂਜੀ ਹਾਂਜੀ ਸੋ ਇਹ ਕੁਛ ਤਾਂ ਕੰਮ ਕਰੇ ਨੇ, ਪਰ ਹਾਂਜੀ ਜਿਹੜੇ ਕੰਮ ਲੋਕਾਂ ਨੂੰ ਦਿਖਦੇ ਹੁੰਦੇ ਨੇ ਜੀ, ਹੁਣ ਕੋਵਿਡ ਦੇ ਵਿੱਚ ਕਿੰਨਾ ਕੁ ਕਰਤਾ ਕਿੰਨਾ ਕੁ ਨਹੀਂ ਕਰਤਾ ਉਹਨੂੰ ਕੋਈ, ਕਿਉਂਕਿ ਕੋਵਿਡ ਨੂੰ ਜ਼ਿਆਦਾਤਰ ਕਰਫਿਊ ਨੂੰ ਲੋਕ ਤੰਗ ਹੋਏ ਰਹੇ ਜੀ, ਮਰੀਜ਼ ਕਿੰਨੇ ਸੀ, ਦਵਾਈਆਂ ਮੁਫਤ ਮਿਲੀਆਂ ਨਾ ਮਿਲੀਆਂ, ਇਲਾਜ ਹਸਪਤਾਲ ਠੀਕ ਹੋਇਆ ਨਾ ਹੋਇਆ, ਇਹਨਾਂ ਗੱਲਾਂ ਦੀ ਵੱਡੀ ਗੱਲ ਸੀ।
ਜੀ ਸਰਵੇ ਜੀ ਦੇ ਉੱਤੇ ਲੋਕਾਂ ਨੂੰ ਨਹੀਂ ਪਤਾ ਹੁੰਦਾ। ਸਰਵੇ ਨਾਲ ਤਾਂ ਲੋਕਾਂ ਨੇ ਚਲੋ ਜੀ ਬੰਦਾ ਭੇਜਤਾ ਘਰੇ, ਪਤਾ ਨਹੀਂ ਕੀ ਪੁੱਛ ਗਿਆ ਕੀ ਨਹੀਂ ਪੁੱਛ ਗਿਆ। ਜੀ ਜੀ ਆਪਾਂ ਨੂੰ ਜੀ ਸਮਝਣਾ ਚਾਹੀਦਾ ਹੈ ਵੀ ਜਿਹੜੀ ਗੱਲ ਲੋਕਾਂ ਨੂੰ ਸਮਝ ਆਵੇ ਉਹ ਤਾਂ ਘੱਟੋ ਘੱਟ ਕਰੀਏ ਨਾ। ਜੀ ਉਹ ਜੀ ਪਿਛਲੇ ਸਮੇਂ 'ਚ ਚਾਹੇ ਆਪਾਂ ਗਿਣਾਂਗੇ ਨਹੀਂ, ਮਾਫੀਏ ਮਾਫੀਆ ਰਾਜ 'ਚ ਕੁਛ ਨਾ ਹੋਇਆ, ਸਭ ਨੂੰ ਪਤਾ। ਅਤੇ ਦੂਜਾ ਜਿਹੜਾ ਸੀ ਬੇਅਦਬੀ ਵਾਲਾ ਕਾਂਡ, ਉਹ 'ਚ ਵੀ ਕੁਛ ਨਹੀਂ ਹੋਇਆ। ਨਸ਼ਿਆਂ ਦੇ ਉੱਤੇ ਵੀ ਜਿਸ ਪੱਧਰ 'ਤੇ ਜਾਣਾ ਸੀ, ਬਲਕਿ ਹੁਣ ਉਲਟੀ ਗੱਲ ਹੋ ਗਈ। ਉਹ ਹਾਂਜੀ ਜਿਹੜੀ ਬੁਪਰੀਨੋਰਫਿਨ ਦੀ ਗੋਲੀ ਸੀ ਉਹ ਮਾਰਕੀਟ 'ਚ ਬਲੈਕ 'ਚ ਵਿਕਣ ਲੱਗ ਗਈ। ਜਿਹੜੀ ਨਸ਼ਾ ਜੀ ਛੁਡਾਊ ਗੋਲੀ ਹੈ ਉਹਦੇ ਨਾਲ ਇੱਕ ਤਾਂ ਨਸ਼ਾ ਲੱਗਣ ਲੱਗ ਗਿਆ, ਦੂਜੇ ਮਾਰਕੀਟ 'ਚ ਬਲੈਕ 40 40 ਰੁਪਏ ਦੀ ਗੋਲੀ, 70 ਰੁਪਏ ਵਾਲੀ ਗੋਲੀ 40 ਰੁਪਏ 'ਚ। ਸੋ ਉਹਦੇ ਨਾਲ ਕੀ ਹੋਇਆ ਵੀ ਉਹਦੇ ਨਾਲ ਹੋਰ ਬੇਇੱਜ਼ਤੀ ਹੋ ਗਈ। ਜੀ ਇਸੇ ਤਰੀਕੇ ਨਾਲ ਜੇ ਅਸੀਂ ਦੇਖੀਏ ਜਿਹੜਾ ਪ੍ਰਸ਼ਾਸਨ ਹੈ, ਜੀ ਜੀ ਪ੍ਰਸ਼ਾਸਨ ਦੇ ਵਿੱਚ ਜਿਹੜੀ ਚੁਸਤੀ ਚੁਸਤੀ ਜੋ ਤੁਸੀਂ ਕਹਿੰਦੇ ਹੋ ਰਿਜ਼ਲਟ ਓਰੀਐਂਟਡ FOR, ਹਾਂਜੀ ਠੀਕ ਹੈ, ਉਹ ਜਿਹੜੇ ਰਿਜ਼ਲਟ ਤਾਂ ਨਿਕਲ ਹੀ ਨਹੀਂ। ਲੋਕ ਤਾਂ ਵਿਚਾਰੇ ਕਿਸੇ BDO ਦੇ, ਕਿਸੇ DDPO ਦੇ, ਕਿਸੇ ਤਹਿਸੀਲਦਾਰ ਦੇ, ਕਿਸੇ DC ਦੇ, ਕਿਸੇ ਹਸਪਤਾਲ 'ਚ, ਕਿਸੇ ਸਕੂਲ 'ਚ ਧੱਕੇ ਖਾਂਦੇ ਰਹਿੰਦੇ ਨੇ, ਕਿਸੇ ਜੀ ਜੀ SDO ਦੇ, BD ਵਾਲੇ ਦੇ ਲਾ ਲਓ, ਕਿਸੇ ਦੇ ਜੀ ਲਾ ਲਓ, ਜੀ ਅਤੇ ਉਹਨਾਂ ਦੀ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ। ਜੀ ਜੇ ਤੁਸੀਂ ਕਹੀ ਜਾਓ ਕਿ ਸਰਵਿਸ ਐਕਟ ਬਣਾਤਾ ਜੀ, ਫਲਾਣਾ ਐਕਟ ਬਣਾਤਾ, ਉਹਨਾਂ ਨੇ ਐਕਟ ਤੋਂ ਕੀ ਲੈਣਾ? ਜੀ ਉਹਨਾਂ ਜੀ ਦੇਖਣਾ ਵੀ ਕੰਮ ਹੋ ਰਿਹਾ ਕਿ ਨਹੀਂ, ਰਾਈਟ, ਉਹ ਵੀ ਨਹੀਂ ਹੋਇਆ। ਸੋ ਇਸ ਕਰਕੇ ਲੋਕਾਂ, ਤੀਜੀ ਗੱਲ ਕੀ ਸੀ, ਰੋਜ਼ ਇੱਕ ਰੱਟ ਲਗਾਤੀ। ਜੇ ਇੱਕ ਬੰਦਾ ਨਾ ਰੋਜ਼ ਹੀ ਕਹੀ ਜਾਵੇ ਹਾਏ ਮੈਂ ਬਿਮਾਰ ਹਾਂ, ਹਾਏ ਮੈਂ ਮਰ ਗਿਆ, ਹਾਏ ਮੈਂ ਮਰ ਗਿਆ, ਉਹ ਸ਼ੇਰ ਆ ਗਿਆ ਵਾਲੀ ਗੱਲ ਹੈ, ਲੋਕ ਉਹ 'ਤੇ ਵਿਸ਼ਵਾਸ ਕਰਨ ਹਟ ਜਾਂਦੇ ਵੀ ਯਾਰ ਇਹ ਤਾਂ ਰੋਜ਼ ਹੀ ਰੋਣਾ ਰਹਿੰਦਾ। ਜੀ ਜੀ ਡਾਕਟਰ ਸਾਹਿਬ, ਜਿੱਦੇ ਨਹੀਂ ਸਰਕਾਰ ਆਈ ਹੈ, ਆਪਾਂ ਬੈਕ ਉਹ ਸਿੱਧੂ ਸਾਹਿਬ ਵਾਲੇ ਪੁਆਇੰਟ ਤੇ ਆ ਜਾਈਏ। ਮੈਂ ਉਸੇ ਤੇ ਆ ਰਿਹਾ, ਮੈਂ ਜੀ ਉਸੇ ਜੀ ਤੇ ਜੀ ਆ ਰਿਹਾ ਵੀ ਉਹ ਕੀ ਕਰੇ। ਹਾਂਜੀ ਜਿੱਦੇ ਦੀ ਸਰਕਾਰ ਆਈ ਹੈ ਉਹ ਫਾਈਨੈਂਸ ਦੇ ਉੱਤੇ, ਸਾਡੇ ਕੋਲ ਪੈਸੇ ਨਹੀਂ ਹੈਗੇ। ਸੋ ਇੱਕ ਪਾਸਾ ਇਹ ਸੀ, ਜੀ 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 ਉਹਦੇ ਉੱਤੇ ਕੈਪਟਨ ਸਾਹਿਬ ਦੇ ਸਾਰੇ MP, ਸਾਰੇ MLA ਤਕਰੀਬਨ ਸਾਰੇ, ਮੈਂ ਕਹਿੰਦਾ ਮੈਜੋਰਿਟੀ, ਜਿਹੜੇ ਇਹਨਾਂ ਦੇ ਨਾਲ ਮਿਨਿਸਟਰ ਸੀ ਉਹ ਵੀ ਇਹਨਾਂ ਦੇ ਉਲਟ ਹੋ ਗਏ। ਬੈਕਗ੍ਰਾਉਂਡ ਤਾਂ ਜ਼ਰੂਰੀ ਹੈ, ਉਲਟ ਹੋ ਗਏ। ਜੀ ਜੀ ਉਹ ਜਾ ਕੇ ਹੈ ਨਵਜੋਤ ਸਿੱਧੂ ਪਹਿਲਾਂ ਤੇ ਉਲਟ ਰਿਹਾ, ਉਹ ਤਾਂ ਜਿੱਦਣ ਆਇਆ ਸੀ ਉਸ ਦਿਨ ਦਾ ਹੀ, ਚਾਹੇ ਬਿਜਲੀ ਉਹਨੂੰ ਜਿਹੜਾ ਲੋਕਲ ਬਾਡੀਜ਼ ਤੋਂ ਜਦ ਹਟਾਇਆ, ਕਹਿੰਦਾ ਬਿਜਲੀ ਮੈਂ ਲੈਣੀ ਨਹੀਂ, ਘਰੇ ਬਹਿ ਗਿਆ। ਜੋ ਵੀ ਸੀ ਇਹਨਾਂ ਦੀ ਟੱਕਰ ਚੱਲਦੀ ਰਹੀ, ਛੱਤੀ ਦਾ ਅੰਕੜਾ ਚੰਗਾ, ਚੱਲਦਾ ਮੈਂ ਕਹਿੰਦਾ ਚੰਗਾ ਰਹੇਗਾ। ਜਿਹੜੇ ਹਾਲਾਤ ਬਣੇ ਆ ਹੁਣ, ਸਾਰਾ ਟਿਕਰਾ ਉੱਤੇ ਭੱਜਣਾ ਸੀ, ਜਿਹੜੇ ਬਿਜਲੀ ਦੇ ਹਾਲਾਤ ਹੁਣ ਬਣੇ ਆ। ਚਲੋ ਐਨੀਵੇ, ਹਾਂਜੀ ਅੱਗੇ ਚਲੋ ਜੀ। ਹਾਂ, ਸੋ ਉਹਦੇ ਵਿੱਚ ਕੀ ਹੋਇਆ ਕਿ ਹੁਣ ਆ ਕੇ ਚੋਣਾਂ ਨੇੜੇ ਆ ਗਈਆਂ, ਚੋਣਾਂ ਨੇੜੇ ਆ ਗਏ ਉਹ ਵੀ ਐਕਟਿਵ ਹੋ ਗਈ, ਤੇ ਪਰ ਕਿਉਂਕਿ ਹੁਣ ਤੱਕ ਕੁਛ ਹੋਇਆ ਨਹੀਂ ਸੀ, ਮੈਂ ਜਿਹੜੀ ਬੈਕਗ੍ਰਾਉਂਡ ਦੱਸਿਆ ਇਸ ਕਰਕੇ ਦੱਸਿਆ, ਹੋਇਆ ਕੁਛ ਨਹੀਂ ਸੀ। ਤਾਂ ਜਿਹੜੇ ਮੰਤਰੀ ਨੇੜੇ ਸੀਗੇ ਕੈਪਟਨ ਸਾਹਿਬ ਦੇ, ਉਹ ਵੀ ਉਲਟ ਜਾ ਕੇ ਮਿਲਣ ਲੱਗੇ। AICC ਨੇ ਕਮੇਟੀ ਬਣਾਤੀ 3 ਮੈਂਬਰੀ ਖੜਗੇ ਸਾਹਿਬ ਦੇ ਅੰਦਰ, ਉਹ ਕਮੇਟੀ ਨੇ ਸੁਣ ਲਿਆ ਸਾਰਾ ਕੁਛ, ਸਾਰਾ ਕੁਛ ਸੁਣ ਕੇ ਉਦੋਂ ਬਾਅਦ ਉਹਨਾਂ ਨੇ ਰਿਪੋਰਟ ਕਰਤੀ ਆਪਣੀ ਹਾਈ ਕਮਾਂਡ ਨੂੰ। ਉਹਨਾਂ ਨੇ ਕਹਾ ਇਹਨਾਂ ਨੂੰ ਬੁਲਾ ਬੁਲਾ ਕੇ ਬਾਰ ਬਾਰ ਕਾਫੀ ਜ਼ਿਆਦਾ ਬੰਦਿਆਂ ਨੂੰ ਸੁਣਿਆ। ਮੈਂ ਕਹਾਂਗਾ ਇਹ ਡੈਮੋਕ੍ਰੇਟਿਕ ਪ੍ਰੋਸੈਸ ਹੈ, ਉਹ ਅਡਾਪਟ ਕਰਿਆ। ਪਰ ਆਖਿਰਕਾਰ ਕੱਲ ਸ਼ਾਮ ਨੂੰ ਆਪਾਂ ਜੇ ਉਸ ਤੋਂ ਸਾਰੀ ਗੱਲ ਚੋਂ ਆਈਏ, ਦੋ ਇਹਦੇ 'ਚ ਮੀਲ ਪੱਥਰ ਨੇ। ਇੱਕ ਇਹ ਕਿ ਜਿੱਦੇ ਕੈਪਟਨ ਸਾਹਿਬ ਸੋਨੀਆ ਗਾਂਧੀ ਨੂੰ ਮਿਲੇ, ਉਹਨਾਂ ਨੇ ਬਾਹਰ ਆ ਕੇ ਸਟੇਟਮੈਂਟ ਦਿੱਤੀ ਵੀ ਮੈਂ ਆਪਦੀ ਚੋਣ ਕਿਵੇਂ ਲੜਨੀ ਹੈ ਅਤੇ ਵਿਕਾਸ ਦੇ ਕੰਮ ਕਿਵੇਂ ਕਰਨੇ ਨੇ ਉਹ ਦੱਸ ਕੇ ਆਇਆ, ਅਤੇ ਜੋ ਸਾਡੀ ਔਰਗਨਾਈਜੇਸ਼ਨ ਬਾਰੇ ਹਾਈ ਕਮਾਂਡ ਫੈਸਲਾ ਕਰੇਗੀ ਮੈਨੂੰ ਮਨਜ਼ੂਰ ਹੋਏ। ਇਹ ਇੱਕ ਮੀਲ ਪੱਥਰ ਸੀ ਕੈਪਟਨ ਸਾਹਿਬ ਦਾ ਇਹ ਕਹਿਣਾ। ਜੀ 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 ਉਦੋਂ ਬਾਅਦ ਦੂਜਾ ਮੀਲ ਪੱਥਰ ਇਹ ਸੀਗਾ ਕਿ ਸਿੱਧੂ ਸਾਹਿਬ ਨੇ ਆਪਦੇ ਜਿਹੜੇ ਰੋਜ਼ ਟਵੀਟ ਵਾਰ ਆਪਦੀ ਸਰਕਾਰ ਦੇ ਪ੍ਰਤੀ ਹੁੰਦੀ ਸੀ ਪਿਛਲੇ 2-3 ਦਿਨਾਂ ਤੋਂ, ਉਹਨਾਂ ਨੇ ਵਿਰੋਧੀਆਂ ਪ੍ਰਤੀ, ਆਪ ਔਰ ਅਕਾਲੀ ਦਲ ਪ੍ਰਤੀ ਕਰੀ ਹੋਈ ਸੀ। ਹਾਂਜੀ 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 ਉਹ ਤੋਪ ਦਾ ਮੂੰਹ ਇੱਕ ਕੱਲ ਤੀਜਾ ਮੀਲ ਉਧਰ ਨੂੰ ਗਿਆ ਹੋਇਆ ਸੀ। ਹਾਂਜੀ ਉਧਰ ਨੂੰ ਗਿਆ ਹੋਇਆ ਸੀ। ਹਾਂਜੀ ਹਾਂਜੀ ਤੇ ਇੱਕ ਤੀਜਾ ਮੀਲ ਪੱਥਰ ਆਇਆ ਕੱਲ ਸ਼ਾਮੀ, ਕੱਲ ਰਾਤ ਉਹ ਹਰੀਸ਼ ਰਾਵਤ ਜੀ ਦਾ ਬਿਆਨ ਆਇਆ। ਉਹ ਤੋਂ ਬਾਅਦ ਇਹ ਸਾਰੇ ਨਾਮ ਜਿਹੜੇ ਆਪਾਂ ਗਿਣੇ ਨੇ ਇਹ ਸਾਰੇ ਲੋਕਾਂ ਦੇ ਸਾਹਮਣੇ ਵੀ ਐਂ ਕਰ। ਹੁਣ ਇਹ ਜਿਹੜੀ ਸਾਰੀ ਕੁਛ ਹੈ ਇਹ ਅਜੇ ਕਨਫਰਮ ਕੋਈ ਵੀ ਨਹੀਂ ਹੋਇਆ ਹੋਇਆ। ਹਾਂਜੀ ਹਾਂਜੀ ਕੋਈ ਕਨਫਰਮ ਆਫੀਸ਼ੀਅਲ ਸਟੇਟਮੈਂਟ ਜਿਹੜੀ ਹੈ ਜਿੰਨਾ ਚਿਰ ਇਹ ਹੁੰਦੀ ਹੈ, ਜਿਵੇਂ ਆਪਾਂ ਕਈ ਵਾਰੀ ਨਹੀਂ ਤਾਂ ਚੈਨਲਾਂ ਨੂੰ ਕਈ ਵਾਰੀ ਕਹਿ ਕੇ ਵੀ ਆਹ ਜਿੱਤ ਗਿਆ, ਮੁੜ ਕੇ ਕਹਿਣਾ ਪੈਂਦਾ ਹਾਰ ਗਿਆ, ਹਾਰ ਗਿਆ। ਜੀ ਜੀ ਕਿਉਂਕਿ ਆਫੀਸ਼ੀਅਲ ਕਨਫਰਮੇਸ਼ਨ ਨਹੀਂ ਹੋਈ ਹੁੰਦੀ। ਆ ਮਮਤਾ ਬੈਨਰਜੀ ਦੇ ਕੇਸ 'ਚ ਇਹੀ ਹੋਇਆ, ਹਾਂਜੀ ਇਹਨਾਂ ਅਨਾਊਂਸ ਹੋ ਗਿਆ ਵੀ ਇਹ ਜਿੱਤ ਗਈ, ਫਿਰ ਉਹ ਕਿਉਂਕਿ ਇਲੈਕਸ਼ਨ ਕਮਿਸ਼ਨ ਚੁੱਪ ਰਿਹਾ। ਸੋ ਜਿੰਨਾ ਚਿਰ ਆਪਣੇ ਕੋਲ ਆਫੀਸ਼ੀਅਲੀ, ਮੇਰੇ ਕੋਲ ਕੋਈ ਨਹੀਂ ਐਟਲੀਸਟ ਆਫੀਸ਼ੀਅਲ ਸਟੇਟਮੈਂਟ ਇਹਨਾਂ ਦੀ। ਹਾਂਜੀ ਹਾਂਜੀ ਜਿਹੜੀ ਇਹ ਕਹਿੰਦੀ ਹੁੰਦੀ ਆਪਾਂ ਪ੍ਰੋਗਰਾਮ ਹਾਂ 10 ਮਿੰਟ ਪਹਿਲਾਂ ਸ਼ੁਰੂ ਕੀਤਾ ਹੈ, 12 ਮਿੰਟ, ਉਦੋਂ ਤੱਕ ਕੋਈ ਆਫੀਸ਼ੀਅਲ ਕਨਫਰਮੇਸ਼ਨ ਹੈ ਨਹੀਂ ਸੀ ਕਿਤੇ ਵੀ। ਹਾਂਜੀ ਅੱਗੇ ਤੇ ਅੱਜ ਆਜੂਗੀ ਤਾਂ ਆਪਾਂ ਉਦੋਂ ਕਰ ਲਾਂਗੇ ਜਦ ਵੀ ਹੋਊਗੀ, ਠੀਕ ਹੈ। ਹਾਂਜੀ ਹਾਂਜੀ ਹੁਣ ਮੇਰਾ ਸਵਾਲ ਇਹ ਹੈ ਵੀ ਕੀ ਤੁਸੀਂ ਇਹ ਜਿਹੜੀ ਕੰਬੀਨੇਸ਼ਨ ਕਰਦੇ ਨੇ ਇਹਦੇ ਨਾਲ ਪੰਜਾਬ ਦਾ ਕੋਈ ਭਲਾ ਹੋਊਗਾ? ਜੇ ਤਾਂ ਦੋਨੇ, ਦੇਖੋ ਮੈਂ ਇਹ ਗੱਲ, ਮੈਨੂੰ ਕੋਈ ਕਹਿਣ ਝਿਜਕ ਨਹੀਂ ਹੈ, ਦੋਨੇ ਬੰਦਿਆਂ ਦਾ ਇਮੇਜ ਹੈਗਾ ਪੰਜਾਬ 'ਚ, ਸਿੱਧੂ ਦਾ ਜ਼ਿਆਦਾ ਥੋੜ੍ਹਾ, ਹਾਂਜੀ ਕੈਪਟਨ ਸਾਹਿਬ ਦਾ ਘੱਟ ਹੈ। ਜੀ ਜੀ ਕੈਪਟਨ ਸਾਹਿਬ ਦਾ ਪਹਿਲਾਂ ਬਹੁਤ ਜ਼ਿਆਦਾ, ਉਹ ਘੱਟ ਗਿਆ, ਪਰ ਹੈਗਾ। ਇਹ ਨਹੀਂ ਵੀ ਕੈਪਟਨ ਸਾਹਿਬ ਦਾ ਇਮੇਜ ਖਤਮ ਹੋ ਗਿਆ। ਜੀ ਜੀ ਹੁਣ ਜੇ ਦੋਨੇ, ਮੈਂ ਵੀ ਆਪਦੀ CM ਦੀ ਪਰਫਾਰਮੈਂਸ ਦਿਖਾਵਾਂ, ਜੀ
ਸਿੱਧੂ ਸਾਹਿਬ ਕਹਿੰਦਾ ਆਪਦੀ ਪ੍ਰਧਾਨਗੀ ਪਰਫਾਰਮੈਂਸ ਆਪਾਂ ਮੰਨ ਲਿਆ ਵੀ ਉਹ ਹੈਗੇ ਨੇ, ਆਪਾਂ ਐਂ ਮੰਨ ਕੇ ਚੱਲ ਰਹੇ ਹਾਂ ਜੀ 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 ਦਿਖਾਵਾਂ ਤਾਂ ਤਾਂ ਦੋਨਾਂ ਨੂੰ ਰਲ ਕੇ ਚੱਲਣਾ ਪਊ, ਪਾਰਟੀ ਔਰ ਜਿਹੜੀ ਸਰਕਾਰ ਉਹਨੂੰ ਰਲ ਕੇ ਚੱਲਣਾ ਪੈਂਦਾ ਨਾ। ਜੀ 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 ਜੇ ਤਾਂ ਰਲ ਕੇ ਚੱਲਦੇ ਨੇ 6 ਮਹੀਨੇ ਤਾਂ ਤਾਂ ਇਹਨਾਂ ਦੇ ਮਤਲਬ ਪਰਫਾਰਮੈਂਸ ਵੀ ਅੱਛੀ ਹੋ ਸਕਦੀ ਹੈ ਪੰਜਾਬ ਦਾ ਡੈਫੀਨੇਟਲੀ, ਕਿਉਂਕਿ ਫਿਰ ਇਹ ਕਹਿਣਗੇ ਪਰਫਾਰਮੈਂਸ ਦਾ ਮਤਲਬ ਇਹੀ ਹੋਇਆ ਨਾ ਵੀ ਜੀ ਜਿਹੜੇ 18-31 ਪ੍ਰੋਗਰਾਮ ਦਿੱਤਾ ਹੈ ਜਿਹੜੇ ਪੰਜਾਬ ਦੇ ਪਹਿਲਾਂ ਮਸਲੇ ਹੱਲ ਨਹੀਂ ਕਰੇ, ਉਹਨਾਂ ਚੋਂ ਜਿੰਨਾ ਕੁ 6 ਮਹੀਨਿਆਂ 'ਚ ਕੋਈ ਬਹੁਤਾ ਹੱਲ ਨਹੀਂ ਹੋਣਾ ਪਰ ਕੁਛ ਨਾ ਕੁਛ ਸ਼ਾਇਰ ਹੋਵੇ ਜੀ। ਇਸ ਕਰਕੇ ਪੰਜਾਬ ਦਾ ਭਲੇ। ਦੂਜੀ ਗੱਲ, ਜੇ ਇਹਨਾਂ ਦੀ ਆਪਸੀ ਲੜਾਈ ਨਾ ਰਹੇ, ਜਿਹੜੇ ਘਰ ਦੇ ਵਿੱਚ ਜਿਹੜਾ ਚੌਧਰੀ ਹੈ ਜੇ ਉਹ ਡਟਦਾ ਹੀ ਰਹੇ ਇੱਟੀ ਖੜਕਾ ਕਰਦਾ ਰਹੇ ਆਲੇ ਦੁਆਲੇ, ਉਹ ਘਰ ਤਬਾਹ ਹੋ ਜਾਂਦਾ ਹੈ। ਤੇ ਜੇ ਆਪਸ ਵਿੱਚ ਲੜਨੋਂ ਵੀ ਹਟ ਜਾਣ ਤਾਂ ਵੀ ਪੰਜਾਬ ਦਾ ਭਲਾ ਹੈ, ਵੀ ਰੋਜ਼ ਇਸੇ ਕੰਮ 'ਤੇ ਲੱਗੇ ਰਹਿੰਦੇ ਹੋ ਯਾਰ, ਕੋਈ ਹੋਰ ਤਾਂ ਕਰ ਲਓ, ਕਿਸੇ ਦੀ ਗੱਲ ਤਾਂ ਸੁਣ ਲਓ। ਤੁਸੀਂ ਆ ਜਿਹੜੀ ਗੱਲ ਕੀਤੀ ਨਾ ਵੀ ਜੇ ਰਲ ਕੇ ਚੱਲਣਗੇ, ਦੇਖੋ ਕੈਪਟਨ ਸਾਹਿਬ ਨੇ ਪਹਿਲਾਂ ਹੀ 5 ਸਾਲ CM 'ਤੇ ਰਹੇ, ਹੁਣ ਵੀ ਉਹਨਾਂ ਨੇ 5 ਸਾਲ ਪੂਰੇ ਕਰ ਲਏ ਆ। ਜਿਹੜੀ ਵੱਡੀ ਗੱਲ ਆ, ਨਵਜੋਤ ਸਿੰਘ ਸਿੱਧੂ 'ਤੇ ਕੋਈ ਦਾਮਨ 'ਤੇ ਦਾਗ ਨਹੀਂ ਹੈ, ਬੰਦਾ ਸੱਚਾ ਸੁੱਚਾ ਹੈ, ਆਪਦੀ ਜੇਬ 'ਚੋਂ ਪੈਸੇ ਵੀ ਖਰਚਦਾ ਜ਼ਰੂਰਤ ਪਵੇ ਤਾਂ। ਪ੍ਰੋਬਲਮ ਉਹਦੀ ਇੱਥੇ ਆ ਜਾਂਦੀ ਹੈ ਕਿ ਉਹ ਕਿਸੇ ਵੀ ਪਾਰਟੀ ਨਾਲ ਜਾਂ ਕਿਸੇ ਵੀ ਸੰਗਠਨ ਨਾਲ ਰਲ ਕੇ ਥੋੜ੍ਹਾ ਚਿਰ ਚੱਲਦਾ, ਤਾਂ ਉਸ ਤੋਂ ਬਾਅਦ ਉਹ ਐਕਸਪੈਕਟੇਸ਼ਨਸ ਇੰਨੀਆਂ ਵਧਾ ਲੈਂਦੀਆਂ ਕਿ ਉਹ ਉਹਨੂੰ ਅੱਡ ਹੋਣਾ ਪੈਂਦਾ, ਜਾਂ ਕਿਤੇ ਨਾ ਕਿਤੇ ਪ੍ਰੋਬਲਮ ਦੀ ਗੱਲ ਆ ਕਿ ਰਲ ਕੇ ਲੰਮਾ ਕਿੱਦਾਂ ਚੱਲਣਾ, ਉੱਥੇ ਪ੍ਰੋਬਲਮ ਆਉਣੀ ਹੈ। ਮੰਨ ਲਓ ਉਹਨੂੰ ਆ ਜੋ ਵੀ ਕੀਤਾ ਦੇ ਦਿੱਤਾ, ਮੇਰਾ ਕੁਸ਼ਚਨ ਇਹ ਕਿ ਉਹਨਾਂ ਪੰਜਾਬ ਦਾ ਭਲਾ ਹੋਊਗਾ ਕਿ ਉਹ ਰਲ ਕੇ ਚੱਲ ਸਕਣਗੇ। ਐਨੀਵੇ ਤੁਸੀਂ ਡਾਕਟਰ ਗਰਗ, ਤੁਸੀਂ ਬਹੁਤ ਵਧੀਆ ਐਲੈਬਰੇਟ ਕੀਤਾ, ਆਪਾਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਣਾ ਪੈ ਰਿਹਾ, ਉਸ ਤੋਂ ਬਾਅਦ ਆਪਾਂ ਇਹ 'ਤੇ ਥੋੜ੍ਹਾ ਬਹੁਤ ਕਵਰ ਕਰਕੇ ਅਗਲੇ ਮੇਨ ਮੁੱਦੇ 'ਤੇ ਆਉਂਦੇ ਹਾਂ। ਠੀਕ ਹੈ ਦਰਸ਼ਕੋ, ਸਾਡੇ ਹੁਣ ਜੁੜੇ ਹੋਏ ਨੇ ਡਾਕਟਰ ਪਿਆਰੇ ਲਾਲ ਗਰਗ, ਬਹੁਤ ਅੱਛਾ ਐਲੈਬਰੇਸ਼ਨ ਕਰ ਰਹੇ ਨੇ, ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਹੀ ਬਣੇ ਰਹੇ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਬ੍ਰੇਕ ਤੋਂ ਬਾਅਦ, ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਡਾਕਟਰ ਸਾਹਿਬ, ਡਾਕਟਰ ਪਿਆਰੇ ਲਾਲ ਗਰਗ ਆਪਣੇ ਜੁੜੇ ਹੋਏ ਨੇ। ਡਾਕਟਰ ਸਾਹਿਬ, ਆਪਾਂ ਨਾ ਜੇ ਨਵਜੋਤ ਸਿੱਧੂ ਜਦੋਂ ਬਣੂਗਾ ਆਪਾਂ ਫਿਰ ਪ੍ਰੋਗਰਾਮ ਲਾ ਲਾਂਗੇ, ਹੁਣ ਬਹੁਤ ਹੋ ਗਿਆ ਉੱਤੇ, ਕਿੰਨੀ ਤਾਂ ਆਪਣੇ ਕੋਲ ਟਾਈਮ ਥੋੜ੍ਹਾ, ਆਪਣੇ ਕੋਲ ਮੁੱਦਾ ਹੀ ਬਹੁਤ ਹੈ। ਮੈਂ ਖਤਮ ਕਰਾਂਗਾ ਜੀ, ਥੋੜਾ ਸਵਾਲ ਤੁਸੀਂ ਕਰ ਲਈ ਹੋ ਵੀ ਜੇ ਦੋਨੇ ਮਿਲ ਕੇ ਚੱਲਣਗੇ ਦੋਹਾਂ ਦੀ ਇੱਜ਼ਤ ਹੈ, ਜੇ ਦੋਨੇ ਲੜਨਗੇ ਤੇ ਦੋਨੇ ਜ਼ੀਰੋ ਹੋ ਜਾਣਗੇ। ਉਹ ਤਾਂ ਹੋ ਹੀ ਰਿਹਾ ਕੁਛ, ਚਲੋ ਐਨੀਵੇ ਡਾਕਟਰ ਸਾਹਿਬ, ਮੇਨ ਮੁੱਦਾ ਬਿਜਲੀ ਦਾ ਸੀ। ਰੱਬ ਨੇ ਮਿਹਰ ਕੀਤੀ, ਝੋਨੇ ਦੀ ਬਿਜਾਈ ਚੱਲ ਰਹੀ ਹੈ, ਮੀਂਹ ਬਹੁਤ ਪੈ ਗਏ ਉੱਥੇ, ਬਾਰਿਸ਼ ਕਾਫੀ ਹੋ ਗਈ, ਇਹ ਮੁੱਦਾ ਥੋੜ੍ਹਾ ਥੋੜ੍ਹਾ ਕਵਰ ਹੋ ਗਿਆ, ਲੇਕਿਨ ਜਿੰਨੀ ਕਿੱਲਤ ਪੰਜਾਬ ਦੇ ਵਿੱਚ ਬਿਜਲੀ ਦੀ ਆਈ, ਔਰ ਬਿਜਲੀ ਚਾਹੀਦੀ ਸੀ ਝੋਨੇ ਦੀ ਬਿਜਾਈ ਕਰਕੇ ਜਾਂ ਸ਼ਹਿਰਾਂ 'ਚ ਵੀ ਚਾਹੀਦੀ ਸੀ, ਪਿਛਲੀ ਗੌਰਮੈਂਟ ਵੇਲੇ ਕੁਛ ਸਮਝੌਤੇ ਹੋਏ, ਪ੍ਰਾਈਵੇਟ ਕੰਪਨੀਆਂ ਨੇ ਪਲਾਂਟ ਲਾਏ, ਉਹਨਾਂ ਨਾਲ ਇੱਦਾਂ ਦੇ ਸਮਝੌਤੇ ਹੋਏ ਕਿ ਉਹਨਾਂ ਨੂੰ ਜੇ ਉਹ ਇਲੈਕਟ੍ਰਿਸਿਟੀ ਪ੍ਰੋਡਿਊਸ ਨਹੀਂ ਕਰਦੇ ਤਾਂ ਵੀ ਉਹਨਾਂ ਨੂੰ ਜੋ ਹੈ ਪੈਸੇ ਦੀ ਜਿਹੜੀ ਆ ਉਹਨਾਂ ਨੂੰ ਪੇਮੈਂਟ ਕੀਤੀ ਜਾਊਗੀ, ਇੱਦਾਂ ਦੇ ਸਮਝੌਤੇ ਕਿਉਂ ਹੋਏ, ਕੀ ਸਮਝੌਤੇ ਨੇ ਉਹ, ਅਤੇ ਆਹ ਜਿਹੜੀ ਕਰੰਟ ਗੌਰਮੈਂਟ ਆ ਕੇ ਉਹਨਾਂ ਨੇ ਤੋੜੇ ਕਿਉਂ ਨਹੀਂ? ਇਹ 3 ਵੱਡੇ ਸਵਾਲ ਹੈ, ਅਤੇ ਥੋੜ੍ਹਾ ਚੰਗੀ ਤਰ੍ਹਾਂ ਤੁਸੀਂ ਇਹ 'ਤੇ ਐਕਸਪਲੇਨ ਕਰਿਓ, ਪਰ ਆਪਣੇ ਨਾਲ ਕਾਲਰ ਜੁੜ ਗਿਆ, ਉਹਨਾਂ ਨੂੰ ਲੈ ਕੇ ਫਿਰ ਆਪਾਂ ਵੱਧਦੇ ਹਾਂ ਜੀ। ਜੀ ਜੀ ਪੰਨੂ ਸਾਹਿਬ, ਡਾਕਟਰ ਪੰਨੂ ਆਉਂਦੇ ਰਹੋ ਜੀ, ਤੁਸੀਂ ਡਾਕਟਰ ਪਿਆਰ ਲਾਲ ਗਰਗ ਆਪਣੇ ਨਾਲ ਬਣੇ ਹੋਏ ਨੇ ਜੀ। ਡਾਕਟਰ ਗਰਗ ਹੋਣਾ ਨਾਲ ਮੈਂ ਇਹ ਗੱਲ ਪੁੱਛਣਾ ਚਾਹਾਂਗਾ ਕਿ ਅੱਜ ਕੱਲ੍ਹ ਖਦਸ਼ਾ ਬਣਿਆ ਹੋਇਆ ਕਿ ਕੋਰੋਨਾ ਦੀ ਤੀਜੀ ਲਹਿਰ ਆਉਣ ਦੇ ਚਾਂਸ ਬਣੇ ਹੋਏ ਆ ਜੀ, ਕੀ ਪੰਜਾਬ ਸਟੇਟ ਉਹਦੇ ਵਾਸਤੇ ਤਿਆਰ ਹੈ, ਕੀ ਤਿਆਰੀਆਂ ਨੇ ਪੰਜਾਬ ਸਟੇਟ ਦੀਆਂ, ਕੀ ਇਹ ਸਲਾਹ ਦੇਣਗੇ? ਉਸ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਆਪਣੇ ਵੱਲੋਂ ਕਹਿ ਦੇਣਾ ਚਾਹੁੰਦਾ ਜੀ ਕਿ ਜੁਲਾਈ ਅਗਸਤ ਦੇ ਮਹੀਨੇ ਵਿੱਚ ਪੰਜਾਬ ਦੇ ਵਿੱਚ ਮਾਨਸੂਨ ਕਾਫੀ ਐਕਟਿਵ ਹੁੰਦੀ ਹੈ, ਔਰ ਦੂਜੇ ਪਾਸੇ ਝੋਨੇ ਦੀ ਪਾਣੀ ਦੀ ਪੂਰਤੀ ਕਰਨ ਵਾਸਤੇ ਪੰਜਾਬ ਦੇ ਬਿਜਲੀ ਦੀ ਸਮੱਸਿਆ ਹੋਣ ਕਰਕੇ ਬਹੁਤ ਸਾਰੇ ਟਿਊਬਵੈਲ ਤੇ ਲੋਕਾਂ ਨੂੰ ਵਰਤਣੇ ਪੈਂਦੇ ਆ। ਟਿਊਬਵੈਲ ਜਦੋਂ ਖਰਾਬ ਹੋ ਜਾਂਦੇ ਆ, ਸਾਡੇ ਕਿਸਾਨ ਭਰਾ ਥੱਲੇ ਖੂਹ ਵਿੱਚ ਉਤਰਦੇ ਨੇ ਮੋਟਰ ਠੀਕ ਕਰਨ ਵਾਸਤੇ, ਜਿੱਥੇ ਕਿ ਅੱਜ ਕੱਲ੍ਹ ਜੁਲਾਈ ਅਗਸਤ ਦੇ ਮਹੀਨੇ ਦੇ ਵਿੱਚ ਕਾਰਬਨ ਮੋਨੋਆਕਸਾਈਡ ਇਕੱਠੀ ਹੋ ਜਾਂਦੀ ਹੈ, ਬਹੁਤ ਸਾਰੀਆਂ ਮੌਤਾਂ ਕਿਸਾਨਾਂ ਦੀਆਂ ਹੋ ਜਾਂਦੀਆਂ ਜਦੋਂ ਮੋਟਰ ਰਿਪੇਅਰ ਕਰਨ ਵਾਸਤੇ ਖੂਹ 'ਚ ਉਤਰਦੇ ਨੇ। ਖਾਸ ਕਰਕੇ ਜੁਲਾਈ ਅਗਸਤ ਦੇ ਮਹੀਨੇ ਦਾ ਸਾਡੇ ਕੋਲ ਡਾਟਾ ਹੈ, ਬਹੁਤ ਸਾਰੀਆਂ ਡੈਥ ਹੋ ਜਾਂਦੀਆਂ ਨੇ। ਮੈਂ ਇੱਕ ਆਪਣੇ ਜਿੰਨੇ ਵੀ ਸਾਡੇ ਪੰਜਾਬੀ ਕਮਿਊਨਿਟੀ ਬਾਹਰ ਬੈਠੀ ਹੈ ਜਾਂ ਪੰਜਾਬ 'ਚ ਬੈਠੀ, ਉਹਨਾਂ ਵਾਸਤੇ ਇੱਕ ਵਾਰਨਿੰਗ ਔਰ ਇੱਕ ਚੇਤਾਵਨੀ ਦੇ ਤੌਰ 'ਤੇ ਕਹਿਣਾ ਚਾਹਾਂਗਾ ਕਿ ਜ਼ਹਿਰੀਲੀ ਗੈਸ ਇਸਦੇ ਟਿਊਬਵੈਲ ਦੇ ਬੋਟਮ 'ਤੇ ਜਮ੍ਹਾਂ ਹੋਈ ਹੁੰਦੀ ਹੈ। ਜੇ ਕਿਸੇ ਵੀ ਕਿਸਾਨ ਭਰਾ ਨੇ ਜਾਂ ਕਿਸੇ ਬੰਦੇ ਨੇ ਰਿਪੇਅਰ ਵਾਸਤੇ ਜਾਣਾ ਹੈ ਤਾਂ ਜ਼ਰੂਰ ਮੇਕ ਸ਼ੋਰ ਕਰ ਲੈਣ ਵੀ ਉੱਥੇ ਆਕਸੀਜਨ ਹੋਵੇ। ਇਹਦੇ ਸਾਰੇ ਹੀ ਇਲਾਜ ਔਰ ਪਹਿਚਾਣ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕਿਤਾਬੜੀ ਪੈਕੇਜ ਆਫ ਪ੍ਰੈਕਟਿਸਿਸ ਦੀਆਂ ਜਿਹੜੀਆਂ ਫਸਲਾਂ ਦੀਆਂ ਸਿਫਾਰਿਸ਼ਾਂ 'ਚ ਇਨਫੋਰਮੇਸ਼ਨ ਦਿੱਤੀ ਗਈ, ਉਹਨਾਂ ਜ਼ਰੂਰ ਧਿਆਨ ਦੇਣ। ਇਹ ਚੇਤਾਵਨੀ ਮੈਂ ਆਪਣੇ ਵੱਲੋਂ ਦੇਣਾ ਚਾਹਾਂਗਾ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ। ਬਾਕੀ ਗੱਲ
ਕਰਕ ਸਾਹਿਬ ਤੋਂ ਸੁਣਨਾ ਚਾਹਾਂਗੇ। ਜੀ 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 ਡਾਕਟਰ ਸਾਹਿਬ, ਜਿੱਥੋਂ ਤੱਕ ਕਰੋਨਾ ਦਾ ਸੰਬੰਧ ਹੈ, ਵੀ ਪੰਜਾਬ ਪਹਿਲਾਂ ਵੀ ਇੱਥੇ ਈਵਨ ਆਕਸੀਜਨ ਦਾ ਕੋਈ ਉਸ ਤਰੀਕੇ ਦਾ ਕ੍ਰਾਈਸਿਸ ਨਹੀਂ ਆਇਆ ਜਿਵੇਂ ਸਾਰੇ ਮੁਲਕ ਦੇ ਵਿੱਚ ਆਇਆ, ਨਾ ਹੀ ਉਹਦੇ 'ਚ ਇਲਾਜ ਦਾ ਕੋਈ ਉਸ ਤਰ੍ਹਾਂ ਦਾ ਕ੍ਰਾਈਸਿਸ ਆਇਆ, ਨਾ ਦਵਾਈਆਂ ਦਾ। ਜਿੰਨਾ ਕੁ ਮਾੜਾ ਮੋਟਾ ਆਇਆ ਉਹ ਇਹ ਸੀ ਵੀ ਜਿੰਨੀ ਕੁ ਡਿਸਕ੍ਰਿਮੀਨੇਸ਼ਨ ਕੇਂਦਰ ਨੇ ਕਰੀ ਪੰਜਾਬ ਨੂੰ, ਚਾਹੇ ਪੈਸੇ ਦੇਣ 'ਚ ਕਰੋਨਾ ਦੇ ਮਾਮਲੇ 'ਚ, ਜਿਹਨੂੰ ਅਸੀਂ ਕਹਿੰਦੇ ਡਿਜ਼ਾਸਟਰ ਮੈਨੇਜਮੈਂਟ ਦੇ 'ਚ ਫੰਡ ਦੇਣ 'ਚ, ਚਾਹੇ ਟੀਕੇ ਦੇਣ 'ਚ, ਐਜ਼ ਕੰਪੇਅਰ ਟੂ ਆਬਾਦੀ ਦੇ ਹਿਸਾਬ ਨਾਲ ਟਿਕਟ ਦੇਣੇ ਚਾਹੀਦੇ ਸੀ, ਚਾਹੇ ਦਵਾਈਆਂ ਦੇ 'ਚ, ਉਹ ਥੋੜ੍ਹੀ ਬਹੁਤੀ ਆਈ ਹੈ। ਵੈਸੇ ਪੰਜਾਬ ਨੇ ਆਪਦੇ ਵੱਲੋਂ ਕਰੋਨਾ ਜਿਹੜਾ ਉਹ ਬੈਟਰ ਹੈਂਡਲ ਕਰਿਆ ਐਜ਼ ਕੰਪੇਅਰ ਟੂ ਦੀ ਰੈਸਟ ਆਫ ਦੀ ਸਟੇਟਸ, ਸਰਾਊਂਡਿੰਗ ਸਟੇਟਸ ਤੋਂ। ਹਾਲਾਂਕਿ ਜਿਹੜੇ ਸੀਗੇ ਇਸੇ ਕਰਕੇ ਇੱਥੇ ਪੰਜਾਬ ਦੇ ਵਿੱਚ ਭਾਵੇਂ ਮੌਤਾਂ ਤਾਂ, ਕਿਉਂਕਿ ਸਾਡੀ ਆਬਾਦੀ ਹੈ ਜਿਹੜੀ ਓਲਡ ਏਜ ਦੀ ਜ਼ਿਆਦਾ ਹੈ, ਇਹਦੇ ਨਾਲ ਦੂਜੇ ਜਿਹੜੇ ਹੈਗੇ ਨੇ ਬਿਮਾਰੀਆਂ ਉਹ ਜ਼ਿਆਦਾ ਨੇ, ਪਰ ਉਂਝ ਸਾਡੇ ਕੇਸ ਜਿਹੜੇ ਨੇ ਉਹ ਜੰਮੂ ਕਸ਼ਮੀਰ ਤੋਂ, ਉੱਤਰਾਖੰਡ ਤੋਂ ਪ੍ਰਤੀ ਲੱਖ ਪਾਪੂਲੇਸ਼ਨ, ਅਤੇ ਹਿਮਾਚਲ ਤੋਂ, ਚੰਡੀਗੜ੍ਹ ਤੋਂ, ਦਿੱਲੀ ਤੋਂ ਘੱਟ ਨੇ ਸਾਡੇ ਸਾਰਿਆਂ ਨਾਲੋਂ। ਜੀ, ਉਹ ਇਸੇ ਕਰਕੇ ਨੇ ਕਿ ਅਸੀਂ ਬੈਟਰ ਟੈਕਲ ਕਰਿਆ, ਕਿ ਅੱਗੇ ਨੂੰ ਵੀ ਤਿਆਰ ਨੇ, ਤੀਜੀ ਲਹਿਰ ਤਾਂ ਆਉਣੀ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਡੈਲਟਾ ਵੇਰੀਐਂਟ ਹੈ ਜਿਹੜਾ ਹੁਣ ਥਾਂ ਥਾਂ ਦੇ ਉੱਤੇ ਪਕੜਿਆ ਜਾ ਰਿਹਾ। ਇੰਗਲੈਂਡ ਦੇ ਵਿੱਚ ਤਾਂ ਬਹੁਤ ਜ਼ਿਆਦਾ ਕੇਸ ਆ ਰਹੇ ਨੇ, ਔਰ ਪੰਜਾਬ ਦੇ ਵਿੱਚ ਵੀ ਪਿੱਛੇ ਜਿੰਨੇ ਮੈਡੀਕਲ ਕਾਲਜਾਂ ਦੇ ਵਿੱਚ ਜਿਹੜੇ ਟੈਸਟ ਹੋਏ ਨੇ ਉਹਨੇ ਕਾਫੀ ਸਾਰੇ ਡੈਲਟਾ ਵੇਰੀਐਂਟ 'ਤੇ ਕੇਸ ਆਏ ਨੇ। ਇਹ ਗੱਲ ਆਪਾਂ ਇੱਥੇ ਹੀ ਖਤਮ। ਹੁਣ ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਆ ਵੀ ਆਪਾਂ ਬਿਜਲੀ ਦੀ ਗੱਲ ਤੁਸੀਂ ਕਰੀ ਆ ਜਿਹੜੀ, ਗੁਰਦਵਾਲ ਜੀ, ਬਿਜਲੀ ਦੇ ਅਸਲ ਦੇ ਵਿੱਚ ਕੀ ਸੀ ਕਿ 2003 'ਚ ਬਿਜਲੀ ਦਾ ਐਕਟ ਬਣਿਆ ਇੱਕ ਜੀ, ਉਸ ਐਕਟ ਦੇ ਅੰਡਰ ਦੋ ਬੋਰਡ ਤੋੜ 'ਤੇ ਕਾਰਪੋਰੇਸ਼ਨਾਂ ਬਣਾ ਦਿੱਤੀਆਂ, ਅਤੇ ਉਹਦੇ ਵਿੱਚ ਇੱਕ ਸਪਲਾਈ ਕਾਰਪੋਰੇਸ਼ਨ ਹੈ, ਇੱਕ ਜਨਰੇਸ਼ਨ ਕਾਰਪੋਰੇਸ਼ਨ ਹੈ, ਡਿਸਟ੍ਰੀਬਿਊਸ਼ਨ ਟਰਾਂਸਮਿਸ਼ਨ ਜਿਹਨੂੰ ਕਹਿੰਦੇ, ਅਤੇ ਇੱਕ ਸਪਲਾਈ। ਅਤੇ ਉਹਨਾਂ ਕਾਰਪੋਰੇਸ਼ਨਾਂ ਨੇ ਗਾਹਾਂ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ 90 ਤੋਂ ਚੱਲਦਾ ਸੀ ਉਹਦੇ 'ਚ ਵੀ ਕੋਈ ਨਿੱਜੀ ਪ੍ਰਾਈਵੇਟ ਪਾਰਟਾਂ ਨੂੰ ਪਲੇ ਕਰਨ ਦਿਓ, ਪਹਿਲਾਂ ਤਾਂ ਸਾਰਾ ਸਰਕਾਰੀ ਹੋਈ ਸੀ, ਚਾਹੇ ਸਾਡੇ ਕੋਲ ਹਾਈਡਰੋ ਪਾਵਰ ਸੀ ਚਾਹੇ ਥਰਮਲ ਪਾਵਰ ਸੀ। ਉਹਦੇ ਵਿੱਚ ਕੈਪਟਨ ਦੀ ਸਰਕਾਰ ਨੇ 2006 'ਚ ਕਰ ਲਿਆ ਵੀ ਸਾਨੂੰ 2000 ਮੈਗਾਵਾਟ ਚਾਹੀਦੀ ਹੈ, ਇਹਦੇ ਬਾਰੇ 'ਤੇ ਆਪਾਂ ਪ੍ਰਾਈਵੇਟ ਸਮਝੌਤੇ ਕਰ ਲਵਾਂਗੇ, ਇਹਦੀ ਮਨਜ਼ੂਰੀ ਸੀ 2000, ਪਰ ਪ੍ਰਾਈਵੇਟਾਂ ਨੇ ਮੰਗਿਆ ਸੀ 4000, ਉਹਨਾਂ ਨੇ ਕਹਿਤਾ ਨਹੀਂ। ਉਦੋਂ ਅੱਗੇ ਉਹ ਸਮਝੌਤੇ ਅਜੇ ਚੱਲੇ ਨਹੀਂ ਸੀ, ਹੋਏ ਨਹੀਂ ਸੀ, ਅਜੇ ਗੱਲਬਾਤ ਹੀ ਚੱਲ ਰਹੀ ਸੀ, ਫਿਰ ਨਵੀਂ ਸਰਕਾਰ ਆ ਗਈ, ਉਹਨਾਂ ਨੇ 2007 'ਚ 4000 ਦੇ ਸਮਝੌਤੇ ਕਰ ਲਏ ਇੱਕ ਤਾਂ ਉਹ ਨੇ। ਉਦੋਂ ਬਾਅਦ ਇਹਨਾਂ ਨੇ ਆ ਕੇ 13-14 ਦੇ ਵਿੱਚ 3 ਪਲਾਂਟਸ ਦੇ ਨਾਲ ਸਮਝੌਤੇ ਕਰੇ ਨੇ, 3 ਪਲਾਂਟ ਡੱਗੇ ਰਾਦਰ ਸਮਝੌਤੇ ਨੇ, ਉਹਦੇ ਵਿੱਚ ਗੋਇੰਦਵਾਲ ਸਾਹਿਬ ਦੇ ਵਿੱਚ ਲੱਗਿਆ ਜਿਹੜਾ 540 ਪੈਦਾ ਕਰਦਾ, ਅਤੇ ਜਿਹੜਾ ਲੱਗਿਆ ਇਹਨਾਂ ਦਾ ਤਲਵੰਡੀ ਸਾਬੋ ਦੇ ਵਿੱਚ, ਉਹ ਸਭ ਤੋਂ ਵੱਡਾ 1963 ਯੂਨਿਟ ਪੈਦਾ ਮੈਗਾਵਾਟ ਹੈ, ਅਤੇ ਜਿਹੜਾ ਰਾਜਪੁਰੇ ਦੇ ਵਿੱਚ ਹੈ ਉਹ ਲੱਗਿਆ 1400 ਮੈਗਾਵਾਟ ਦਾ। ਇਹਨਾਂ ਤਿੰਨਾਂ ਦੇ ਨਾਲ ਜਿਹੜੇ ਸਮਝੌਤੇ ਨੇ, ਇਹਨਾਂ 'ਚ ਦੋ ਤਿੰਨ ਗੱਲਾਂ ਮੈਂ ਡਿਟੇਲ 'ਚ ਨਹੀਂ ਜਾਵਾਂਗਾ, ਦੋ ਤਿੰਨ ਗੱਲਾਂ ਜਿਹੜੀਆਂ ਸਾਡੇ ਦਰਸ਼ਕਾਂ ਵਾਸਤੇ ਜ਼ਰੂਰੀ ਨੇ। ਹਾਂਜੀ ਹਾਂਜੀ। ਇੱਕ ਤਾਂ ਸਮਝੌਤਾ ਇਹ ਕਰ ਲਿਆ ਕਿ ਜੀ ਅਸੀਂ ਤੁਹਾਨੂੰ ਪੂਰੇ 100% ਕਪੈਸਿਟੀ, ਜਾਣੇ ਜਿਹਨੇ 1960 ਮੈਗਾਵਾਟ ਦੀ ਕਪੈਸਿਟੀ ਹੈ ਉਹਦੇ 'ਤੇ ਚੱਲੇ ਨਾ ਚੱਲੇ, ਉਹ ਤੋਂ ਬਿਜਲੀ ਲਈਏ ਨਾ ਲਈਏ, ਜਿੰਨੀ ਉਹਦੀ ਕਪੈਸਿਟੀ ਉਹਦੇ ਹਿਸਾਬ ਨਾਲ ਉਹਨੂੰ ਫਿਕਸ ਚਾਰਜ ਤਾਂ ਦੇਵਾਂਗੇ ਦੇਵਾਂਗੇ। ਜਿਵੇਂ ਵੀ ਹੋਟਲ ਵਾਲੇ ਕਰ ਦਿੰਦੇ ਨਾ ਵੀ ਦੇਖੋ ਜੀ 100 ਬੰਦਿਆਂ ਦਾ ਤਾਂ ਖਾਣਾ ਅਸੀਂ ਘੱਟੋ ਘੱਟ ਪੈਸੇ ਲਵਾਂਗੇ ਹੀ ਲਵਾਂਗੇ, ਬੰਦੇ ਤੁਹਾਡੇ 10 ਆਉਣ 'ਚ, ਉੱਦਾਂ ਦਾ ਸਮਝੌਤਾ ਕਰਤਾ। ਜਦਕਿ ਉਹਦੇ ਵਿੱਚ ਇਹ ਕਰਿਆ ਜਾ ਸਕਦਾ ਸੀ ਕਿ ਨਹੀਂ ਜੀ, ਜੇ ਅਸੀਂ ਬਿਜਲੀ ਇੰਨੇ ਪਰਸੈਂਟ ਤੱਕ ਤੁਸੀਂ ਦਿਓਗੇ ਅਤੇ ਅਸੀਂ ਲਵਾਂਗੇ, ਤਾਂ ਅਸੀਂ ਤੁਹਾਨੂੰ ਇੰਨੇ ਪਰਸੈਂਟ ਫਿਕਸ ਚਾਰਜ ਦੇਵਾਂਗੇ। ਉਹਦੇ 'ਚ ਪਰਸੈਂਟੇਜ ਹੋ ਸਕਦੀ ਸੀ, ਉਹ ਨਹੀਂ ਕਰੀ, ਉਹ ਗਲਤ ਹੈ। ਕਿਉਂਕਿ ਜਦ ਨੈਗੋਸ਼ੀਏਟ ਕਰਦੇ ਹਾਂ ਆਪਾਂ, ਮੈਂ ਸਰਕਾਰ ਦੇ ਹਫ਼ਤੇ ਨੈਗੋਸ਼ੀਏਟ ਕਰਦਾ ਰਿਹਾ ਬਹੁਤ ਸਾਰੀਆਂ ਚੀਜ਼ਾਂ 'ਚ, ਨੈਗੋਸ਼ੀਏਸ਼ਨ ਹੁੰਦੀ ਆ ਅਗਲੇ ਪ੍ਰਾਈਵੇਟ ਦਾ ਲੋੜ ਹੈ। ਦੂਜਾ ਹਿੱਸਾ ਉਹਦੇ 'ਚ ਇਹ ਕਰਿਆ, ਦੂਜਾ ਹਿੱਸਾ ਇਹ ਕਿ ਉਹਦੇ 'ਚ ਕਰਿਆ ਹੀ ਨਹੀਂ ਕਿ ਜਦ ਸਾਨੂੰ ਜ਼ਿਆਦਾ ਬਿਜਲੀ ਲੋੜ ਹੋਏਗੀ ਉਦੋਂ ਤੇ ਜੇ ਤੁਹਾਡਾ ਪਲਾਂਟ ਬੰਦ ਹੋ ਗਿਆ ਤੁਹਾਨੂੰ ਜੁਰਮਾਨਾ ਕਰਾਂਗੇ, ਜ਼ਿਆਦਾ ਲੋੜ ਹੈ ਜੇ ਤੁਸੀਂ ਪ੍ਰੋਡਿਊਸ ਨਾ ਕਰ ਸਕੇ। ਹਾਂ, ਜੇ ਨਾ ਕਰ ਸਕੇ ਕਿਸੇ ਵੀ ਕਾਰਨ। ਹੁਣ ਕੀ ਹੈ, ਜਦ ਸਾਨੂੰ ਪੀਕ ਦੀ ਲੋੜ ਹੈ ਉਦੋਂ ਕਹਿੰਦੇ ਸਾਡਾ ਯੂਨਿਟ ਬੰਦ ਹੋ ਗਿਆ, ਤਲਵੰਡੀ ਸਾਬੋ ਦੇ 2 ਯੂਨਿਟ ਬੰਦ ਹੋ ਗਏ ਸੀ, ਹਾਂਜੀ, ਕਹਿੰਦੇ ਸਾਡਾ ਯੂਨਿਟ ਖਰਾਬ ਹੋ ਗਿਆ। ਜੀ ਜੀ ਜੀ। ਸੋ ਇਹ ਜਿਹੜਾ ਹੈਗਾ, ਜਦ ਤੁਸੀਂ ਜਦ ਤੁਹਾਨੂੰ ਲੋੜ ਹੈ ਉਦੋਂ ਕਹਿੰਦਾ ਮੈਨੂੰ, ਜਿੱਦੇ ਤੁਹਾਨੂੰ ਲੋੜ ਨਹੀਂ ਉੱਦਾਂ ਕਹਿੰਦਾ ਚੁੱਕੋ ਆਪਣੀ। ਇਹ ਤਾਂ ਹਰੇਕ ਹੀ ਆ, ਸਬਜ਼ੀ ਵਾਲਾ ਵੀ ਐਂ ਕਰੂਗਾ ਵੀ ਜਿੱਦੇ ਸਬਜ਼ੀ ਦੀ ਲੋੜ ਨਹੀਂ ਉਹਦੇ ਕਹੂਗਾ ਲਓ ਸਬਜ਼ੀ, ਜਿੱਦੇ ਉਹਦੀ ਮਹਿੰਗੀ ਵਿਕ ਜੀ ਉਹਦੇ ਕੋਲ ਹੈ ਨਹੀਂ ਜੀ ਮੇਰੇ ਕੋਲ। ਸੋ ਇਹ ਕੋਈ ਵੀ ਜਿਹੜਾ ਖਰੀਦਦਾਰ ਹੈ ਇਹ ਜੇ ਸਮਝੌਤੇ ਨਹੀਂ ਕਰਦਾ ਹੁੰਦਾ ਕਿ ਵੀ ਜਿੱਦੇ ਲੋੜ ਹੋਵੇ ਉਹਨੂੰ ਮਿਲੇ ਨਾ। ਸਮਝੌਤੇ ਦਾ ਮਤਲਬ ਵੀ ਇਹ ਹੁੰਦਾ ਵੀ ਜਿੱਦੇ ਮੈਨੂੰ ਲੋੜ ਹੋਵੇ ਉਹਦੇ ਪੂਰੀ ਜ਼ਰੂਰ ਕਰਨੀ ਆ। ਹਾਂਜੀ ਹਾਂਜੀ, ਚਾਹੇ ਤੂੰ ਦੂਜਿਆਂ ਦੀ ਕੱਟੀ। ਜੀ ਜੀ, ਉਹਦੇ ਵਿੱਚ ਡਾਕਟਰ ਸਾਹਿਬ ਉਹ 'ਚ ਇਹ ਹੋ ਸਕਦਾ ਸੀਗਾ ਕਿ ਜਿੱਦਾਂ ਤਲਵੰਡੀ ਸਾਬੋ ਵਾਲਾ 1900 ਮੈਗਾਵਾਟ ਦੀ ਕਰਦਾ ਆ, ਉਹਨਾਂ ਇਹ ਐਗਰੀਮੈਂਟ ਕਰ ਸਕਦੇ ਸੀ 500 ਮੈਗਾਵਾਟ ਦੀ ਤੈਨੂੰ ਦੇਵਾਂਗੇ ਪੈਸੇ, ਕੋਈ ਕੁਛ ਨਾ ਕੁਛ ਸਰਟਨ ਮਿਨੀਮਮ। ਹਾਂਜੀ, ਉੱਪਰ ਜੇ ਲਾਵਾਂਗੇ ਤਾਂ ਅਸੀਂ ਪੈਸੇ ਦੇਵਾਂਗੇ, ਨਹੀਂ ਤਾਂ 500 ਦੇ ਤੇਰੇ ਪੱਕੇ। ਹਾਂਜੀ ਹਾਂ, ਇੱਕ ਤਾਂ ਇਹ ਜੀ 500 ਮੈਗਾਵਾਟ ਦੇ ਮਿਨੀਮਮ, ਦੂਜਾ ਇਹ ਕਿ ਸਾਨੂੰ ਪੀਕ ਸੀਜ਼ਨ ਤੋਂ ਘੱਟੋ ਘੱਟ ਇੰਨੀ ਪ੍ਰੋਡਿਊਸ ਕਰਕੇ ਦੇਵੇਗਾ ਬਿਜਲੀ, ਬੰਦ ਨਹੀਂ ਕਰੇਗਾ ਪਲਾਂਟ, ਬੰਦ ਨਹੀਂ ਕਰੇਗਾ, ਬਹਾਨਾ ਨਹੀਂ ਲਾਏਗਾ। ਹਾਂਜੀ ਹਾਂ, ਜੇ ਰਿਟਰਨ ਚ ਹੁੰਦਾ ਬਹਾਨਾ ਲਾ ਕੇ ਬੰਦ ਕਰ ਦੇ। ਜੀ 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 ਜੀ, ਮੈਨੂੰ ਤਾਂ ਲੋੜ ਹੈ ਨਾ ਬਿਜਲੀ ਦੀ।
ਉੱਥੇ ਤਾਂ ਮੈਨੂੰ ਲੋੜ ਹੈ, ਮੈਂ ਉਸੇ ਵਾਸਤੇ ਤਾਂ ਗਿਆ ਹੈ। ਜੀ ਜੀ ਸੋ ਦੂਜੀ ਇਹ ਸੀ। ਤੀਜਾ ਇੱਕ ਹੋਰ, ਜਦ ਅਸੀਂ ਕੋਈ ਐਗਰੀਮੈਂਟ ਕਰਦੇ ਹਾਂ ਉਹਦੇ 'ਚ ਅਸੀਂ ਸ਼ਬਦਾਂ ਦਾ ਧਿਆਨ ਰੱਖਦੇ ਹਾਂ ਜੀ 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 ਵੀ ਕੋਈ ਬੰਦਾ ਹੇਰਾ ਫੇਰੀ ਨਾ ਕਰੇ। ਉਹਦੇ 'ਚ ਕੋਲੇ ਦੇ ਉੱਤੇ ਧਿਆਨ ਨਹੀਂ ਰੱਖਿਆ, ਵਾਸਟ ਕੋਲੇ ਤੇ ਨੌਨ ਵਾਸਟ ਕੋਲੇ ਦੇ ਵਿੱਚ ਚੱਕਰ ਪੈ ਗਿਆ। 2800 ਕਰੋੜ ਰੁਪਇਆ ਪਿੱਛੇ ਸੁਪਰੀਮ ਕੋਰਟ ਨੇ ਫੈਸਲਾ ਕਰਿਆ ਇਹਨਾਂ ਦੇ ਖਿਲਾਫ 2800 ਕਰੋੜ ਰੁਪਏ ਦੇ ਨਾਤੇ। ਇੱਕ ਗੱਲ ਆ ਗਈ, ਆਪਾਂ ਅੱਗੇ ਵੱਧਦੇ ਜੀ। ਸਤਿ ਸ਼੍ਰੀ ਅਕਾਲ ਜੀ ਅਟਵਾਲ ਸਾਹਿਬ, ਤੁਸੀਂ ਓਨਰ ਹੋ ਡਾਕਟਰ ਸਾਹਿਬ ਆਪਣੇ ਨਾਲ ਨੇ। ਹਾਂਜੀ ਗੁਲਾਲ ਸਾਹਿਬ, ਬਹੁਤ ਸ਼ੁਕਰੀਆ, ਤੇ ਪਿਆਰਾ ਲਾਲ ਗਰਜ ਜੀ ਤੁਹਾਡਾ ਬਹੁਤ ਸ਼ੁਕਰੀਆ ਕਿ ਆਲਵੇਜ਼ ਤੁਸੀਂ ਸਾਨੂੰ ਚੰਗੀ ਜਾਣਕਾਰੀ ਦੇਣ ਵਾਸਤੇ ਆਉਂਦੇ ਆ ਜੀ। ਸੋ ਸਵਾਲ ਸੀਗਾ ਜੀ, ਜਿਸ ਹਿਸਾਬ ਨਾਲ ਸਿੱਧੂ ਸਾਹਿਬ ਦਾ ਇਸ ਵੇਲੇ ਆਪਾਂ ਨੂੰ ਪਤਾ ਲੱਗਿਆ ਕਿ ਕਾਂਗਰਸ ਦੇ ਪ੍ਰਧਾਨ ਵਾਸਤੇ ਉਹਨਾਂ ਨੂੰ ਚੋਣ ਹੋ ਗਈ ਆ ਜੀ, ਤੇ ਇਸ ਸਿਸਟਮ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਇਹਦੇ ਨਾਲ ਬਦਲਾਅ ਦੇਖ ਸਕਦੇ ਆ ਜੀ, ਕਿ ਇਹ ਸਿਰਫ ਕੋਈ ਇਸੇ ਕਰਕੇ ਆ ਜੀ ਵੀ ਕਿਸੇ ਨੂੰ ਕੋਈ ਪੋਜੀਸ਼ਨ ਆ ਉਸ ਕਰਕੇ ਜਦੋਜਹਿਦ ਕਰਦੇ ਆ, ਉਹ ਤੋਂ ਬਾਅਦ ਚ ਜੋ ਆਪਣੀ ਆਵਾਜ਼ ਚੱਕਦੇ ਆ ਉਹ ਚੱਕਣੀ ਬੰਦ ਕਰ ਦਿੰਦੇ ਆ, ਜਾਂ ਫਿਰ ਇਹਦੇ ਨਾਲ ਵਾਕਈ ਕੋਈ ਤਬਦੀਲੀ ਜਾਂ ਬਦਲਾਅ ਆ ਸਕਦਾ ਹੈ ਜੀ। ਜੀ ਜੀ ਤੇ ਦੂਜਾ ਜਿਹੜਾ ਸਵਾਲ ਸੀਗਾ ਜੀ ਬਿਜਲੀ ਦੇ ਮਤਲਬ ਸੀਗਾ ਜੀ, ਜਿਸ ਹਿਸਾਬ ਨਾਲ ਬਿਜਲੀ ਦੀ ਬਹੁਤ ਜ਼ਿਆਦਾ ਕਿੱਲਤ ਹੋ ਰਹੀ ਆ ਜੀ, ਆਪਣੇ ਕੋਲੇ ਦੇ ਜਿਹੜੇ ਪਲਾਂਟ ਸੀਗੇ ਬਠਿੰਡੇ ਉਹਨਾਂ ਦੇ ਵਿੱਚੋਂ ਬਿਜਲੀ ਆਪਾਂ ਨੂੰ ਇੰਨੀ ਨਹੀਂ ਮਿਲ ਰਹੀ, ਤੇ ਜਿਸ ਹਿਸਾਬ ਨਾਲ ਗਰਮੀ ਵੀ ਵੱਧ ਰਹੀ ਆ ਜੀ, ਹਰ ਕਿਸੇ ਫਾਰਮਰਸ ਨੂੰ, ਖੇਤੀਬਾੜੀ ਵਾਲੇ ਨੂੰ ਜਾਂ ਜਿਹਨਾਂ ਕੋਲ ਸਮਾਲ ਬਿਜ਼ਨੈਸਿਸ ਆ ਇੰਡਸਟਰੀ ਆ ਜੀ, ਉਹਨਾਂ ਨੂੰ ਬਿਜਲੀ ਦੀ ਬਹੁਤ ਕਿੱਲਤ ਝੇਲਣੀ ਪੈ ਰਹੀ ਆ ਜੀ। ਜੀ ਜੀ ਸੋ ਉਹਦੇ ਵਾਸਤੇ ਕਿਸ ਹਿਸਾਬ ਨਾਲ ਵੈਲਿਊ ਐਡ ਹੋ ਸਕਦੀ ਆ ਜੀ। ਜੀ ਧੰਨਵਾਦ ਟਵਾਲ ਸਾਹਿਬ, ਅਸੀਂ ਨਾ ਅੱਧਾ ਕੁ ਘੰਟੇ ਪਹਿਲਾਂ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਉਦੋਂ ਤੱਕ ਇਹ ਕਨਫਰਮ ਨਹੀਂ ਸੀਗਾ ਸਿੱਧੂ ਸਾਹਿਬ ਦਾ, ਸਿਰਫ ਅਫਵਾਹਾਂ ਸੀਗੀਆਂ। ਹੁਣ ਹੋ ਗਿਆ ਹੋਵੇ ਰੀਸੈਂਟਲੀ ਕੁਛ ਮਿੰਟ ਅਗੋ ਤਾਂ ਕਹਿ ਨਹੀਂ ਸਕਦੇ, ਬਾਕੀ ਦਾ ਆਨਸਰ ਤੁਸੀਂ ਗਰਗ ਸਾਹਿਬ ਤੋਂ ਸੁਣੋ। ਬਹੁਤ ਬਹੁਤ ਧੰਨਵਾਦ ਅਟਵਾਲ ਸਾਹਿਬ ਤੁਹਾਡਾ, ਸ਼ੁਕਰੀਆ ਜੀ, ਸ਼ੁਕਰੀਆ। ਡਾਕਟਰ ਸਾਹਿਬ ਆਪਾਂ ਨਾ ਸਿੱਧੂ ਸਾਹਿਬ ਦਾ ਇਹ ਆਪਾਂ ਇੱਕ ਛੋਟੀ ਜਿਹੀ ਬ੍ਰੇਕ, ਲਾਸਟ ਬ੍ਰੇਕ ਹੈ ਲੈ ਕੇ, ਅਤੇ ਫਿਰ ਦੁਬਾਰਾ ਇੱਥੇ ਆਉਂਦੇ ਅਤੇ ਨਾਲੇ ਉਹਨਾਂ ਦਾ ਅਟਵਾਲ ਸਾਹਿਬ ਦਾ ਆਪਾਂ ਕਰਾਂਗੇ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਪਿਆਰੇ ਲਾਲ ਗਰਗ, ਬਹੁਤ ਸੋਹਣਾ ਇਲੈਬਰੇਟ ਕਰ ਰਹੇ ਨੇ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਹੀ ਬਣੇ ਰਹੋ ਜਸ ਪੰਜਾਬੀ ਦੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਹਰ ਪ੍ਰੋਗਰਾਮ, ਹਰ ਇਦਾਰੇ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੁੰਦੀ ਹੈ। ਤੁਸੀਂ ਚਾਹੁੰਦੇ ਤੁਹਾਡੇ ਬਿਜ਼ਨਸ ਵਾਧਾ ਹੋਵੇ, ਅਸੀਂ ਤੁਹਾਡਾ ਵਾਧਾ ਕਰਨ ਨੂੰ ਤਿਆਰ ਹਾਂ, ਅਸੀਂ ਜਾ ਕੇ ਤੁਹਾਡੀ ਐਡ ਸ਼ੂਟ ਕਰਨ ਨੂੰ ਤਿਆਰ ਹਾਂ। ਪਲੀਜ਼ ਸਾਨੂੰ ਜੇ ਚਾਹੁੰਦੇ ਹੋ ਤੁਹਾਡੇ ਬਿਜ਼ਨਸ ਵਾਧਾ ਹੋਵੇ ਤਾਂ ਸਾਨੂੰ ਕੰਟੈਕਟ ਕਰੋ, info@justbroadcasting.com ਜਾਂ ਫਿਰ 2094503312 'ਤੇ ਜ਼ਰੂਰ ਕੰਟੈਕਟ ਕਰੋ। ਆਪਣੇ ਨਾਲ ਬਣੇ ਹੋਏ ਨੇ ਮਾਣਯੋਗ ਡਾਕਟਰ ਪਿਆਰੇ ਲਾਲ ਗਰਗ। ਡਾਕਟਰ ਸਾਹਿਬ, ਪਹਿਲਾਂ ਤਾਂ ਅਟਵਾਲ ਸਾਹਿਬ ਦੀ ਗੱਲ ਦਾ ਜਵਾਬ ਦਿਓ, ਤਾਂ ਫਿਰ ਆਪਾਂ ਦੁਬਾਰਾ ਬਿਜਲੀ ਵਾਲੇ ਮੁੱਦੇ 'ਤੇ ਆਉਂਦੇ ਹਾਂ। ਮੈਂ ਉਹੀ ਉਹ ਕਿਉਂਕਿ ਉਹਨਾਂ ਦਾ ਇੱਕ ਬਿਜਲੀ ਦਾ ਵੀ ਸੀ ਪਹਿਲਾਂ, ਆਪਾਂ ਬਿਜਲੀ ਵਾਲਾ ਜਿਹੜਾ ਚੌਥਾ ਪੁਆਇੰਟ ਸੀ ਜੀ ਜੀ ਉਹ ਮੈਂ ਕਰਦਾ। ਜੀ ਜੀ ਤੇ ਉਹ ਜਿਹੜੀ ਹੈਗੀ ਹੈ ਕਿ 3 ਪੁਆਇੰਟ ਦੱਸਦੇ ਸੀ, ਚੌਥਾ ਇਹ ਕਿ ਮਹਿੰਗੇ ਕਰੇ ਗਏ ਜੀ ਯੂਨਿਟ, ਜਿਵੇਂ ਗੁਜਰਾਤ ਦੇ ਵਿੱਚ 3 ਰੁਪਏ, ਹਰਿਆਣੇ 'ਚ 2.5, ਦਿੱਲੀ 'ਚ 3 ਰੁਪਏ, ਹਰਿਆਣੇ 'ਚ 2.5 ਰੁਪਏ, ਅਤੇ ਹੋਰ ਜਗ੍ਹਾ 'ਤੇ ਗੁਜਰਾਤ ਦੇ ਵਿੱਚ 3 ਰੁਪਏ, ਜੇ ਇਹਨਾਂ ਨੇ 8 ਰੁਪਏ ਯੂਨਿਟ ਦੇ ਹਿਸਾਬ 'ਚ ਉਹਨਾਂ ਨੇ ਸਮਝੌਤਾ ਕਰਿਆ। ਸੋ ਇਹ 4 ਗੱਲਾਂ ਇਹਨਾਂ ਦੇ ਵਿੱਚ ਗਲਤ ਸੀਗੀਆਂ ਸਮਝੌਤਿਆਂ ਦੇ ਵਿੱਚ। ਜੀ ਜੀ ਇਹ 4 ਗੱਲਾਂ ਗਲਤ ਹੋਣ ਦੇ ਉੱਤੇ ਜ਼ਰੂਰੀ ਸੀ ਇਹਨਾਂ ਨੂੰ ਰਿਵਾਈਜ਼ ਕਰਿਆ ਜਾਂਦਾ, ਰਿਵਿਊ ਕਰਿਆ ਜਾਂਦਾ। ਕੈਪਟਨ ਸਾਹਿਬ ਨੇ ਕਿਹਾ ਵੀ ਸੀ ਉਹਦੇ ਵਾਸਤੇ ਇਹ ਉਸ ਪਾਸੇ ਤੁਰੇ ਨਹੀਂ, ਜੋ ਮਰਜ਼ੀ ਬਹਾਨੇ ਕਹਿਣ, ਜੋ ਆਪੋਜੀਸ਼ਨ ਜੋ ਮਰਜ਼ੀ ਇਹ ਲਾਵੇ ਜੀ ਇਹਨਾਂ ਨੇ ਪੈਸੇ ਲੈ ਲਏ ਸੀ ਜੀ, ਇਹਨਾਂ ਨੇ ਫੰਡ ਲਿਆ ਸੀ ਜੀ, ਉਹ ਜੋ ਮਰਜ਼ੀ ਕਹੀ ਜਾਣ, ਇਹ ਤੁਰਨਾ ਚਾਹੀਦਾ ਸੀ। ਯੂਪੀ ਨੇ ਰਿਵਾਈਜ਼ ਕਰੇ ਨੇ, ਈਵਨ ਗੁਜਰਾਤ ਨੇ ਰਿਵਾਈਜ਼ ਕਰੇ ਨੇ, ਕਿ ਅਸੀਂ ਰਿਵਾਈਜ਼ ਕਰ ਸਕਦੇ ਸੀ। ਜੀ 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 ਕਿਉਂਕਿ ਸਮਝੌਤੇ ਤਾਂ ਉਸੇ ਪੈਟਰਨ 'ਤੇ ਬਣੇ ਹੋਏ ਨੇ ਸਾਰਿਆਂ ਦੇ, ਤਕਰੀਬਨ ਮਸੌਦਾ ਇੱਕ ਕਾਮਨ ਜਿਹਾ। ਸੋ ਜੇ 2 ਸਟੇਟਾਂ ਰਿਵਾਈਜ਼ ਕਰ ਸਕਦੀਆਂ ਤਾਂ ਅਸੀਂ ਕਿਤੇ ਨਾ ਕਿਤੇ ਤਾਂ ਕਰ ਹੀ ਸਕਦੇ। ਉਹਨਾਂ ਨੇ ਚਾਰਜਸ ਵੀ ਘਟਾਏ, 20 ਪੈਸੇ ਯੂਨਿਟ ਘਟਾਤਾ ਉਹਨਾਂ ਨੇ ਫਿਕਸ ਚਾਰਜ ਦਾ ਵੀ। ਜੀ 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 ਫਿਕਸ ਚਾਰਜ ਵੀ ਘਟਾਏ। ਸੋ ਇਸ ਕਰਕੇ ਇੱਕ ਤਾਂ ਇਹ ਹੈ ਵੀ ਰਿਵਿਊ ਨਹੀਂ ਹੋਇਆ, ਰਿਵਿਊ ਹੋਣਾ ਚਾਹੀਦਾ ਸੀ। ਦੂਜਾ ਪਾਰਟ ਸਾਨੂੰ ਇੱਕ ਹੋਰ ਸਮਝ ਚਾਹੀਦਾ, ਉਹਦੇ 'ਚ ਮੈਂ ਇੱਕ ਕ੍ਰੈਡਿਟ ਵੀ ਦੇਵਾਂਗਾ। ਸਾਨੂੰ 13,000 ਤੋਂ 14,000 ਜਿਹੜੀ ਚਾਹੀਦੀ ਹੁੰਦੀ ਹੈ ਮੈਗਾਵਾਟ ਬਿਜਲੀ 3 ਮਹੀਨੇ ਤਕਰੀਬਨ, ਜਿਹੜਾ ਸਾਡਾ ਝੋਨੇ ਦਾ। ਜੀ ਜੀ ਬਾਕੀ ਸਾਲ ਦੇ ਵਿੱਚ ਸਾਨੂੰ 7,000 ਚਾਹੀਦੀ ਹੁੰਦੀ ਹੈ ਜੀ। ਸਾਡੀ ਜਿਹੜੀ ਆਪਣੀ ਕਪੈਸਿਟੀ ਹੈ ਸਨਿਆ ਪ੍ਰਾਈਵੇਟ ਪਲਾਂਟਾਂ ਦੇ, ਉਹ ਹੈਗੀ ਹੈ ਤਕਰੀਬਨ 8,000 ਤੋਂ ਉੱਪਰ, ਕਿਉਂਕਿ 3900 ਤੋਂ ਉੱਪਰ ਤਾਂ ਪ੍ਰਾਈਵੇਟਾਂ ਵਾਲਿਆਂ ਦੀ ਹੈ ਥਰਮਲ ਦੀ। ਸਾਡੀ ਆਪਣੀ ਸਰਕਾਰ ਦੀ ਜਿਹੜੇ ਇਹਨਾਂ ਨੇ ਹੁਣ ਬੰਦ ਕਰਨੇ ਸ਼ੁਰੂ ਕਰਤੇ, ਬਠਿੰਡਾ, ਰੋਪੜ ਤੇ ਦਹਿਰਾ ਮੁਹੱਬਤ, ਇਹ ਤਿੰਨਾਂ ਦੀ ਕਪੈਸਿਟੀ 2600 ਦੇ ਕਰੀਬ ਸੀਗੀ। ਫਿਰ ਸਾਡੀ ਹਾਈਡਰੋ ਪਾਵਰ ਸੀ ਜੀ, ਭਾਖੜਾ ਨੰਗਲ ਹੈ, ਤਲਵਾੜਾ ਡੈਮ ਹੈ, ਮਕੇਰੀਆਂ ਹਾਈਡਲ ਚੈਨਲ ਹੈ, ਨੰਗਲ ਹਾਈਡਲ ਚੈਨਲ ਹੈ, ਆਨੰਦਪੁਰ ਹਾਈਡਲ ਚੈਨਲ ਹੈ, ਇਹ ਫਿਰ ਥੀਨ ਡੈਮ ਹੈ ਸਾਡੇ ਕੋਲੇ, ਫਿਰ ਸਾਡੇ ਕੋਲੇ ਮਾਈਕਰੋ ਪਾਵਰ ਪਲਾਂਟ ਸੀਗੇ
ਫਿਰ ਸਾਡੇ ਕੋਲ ਜਿਹੜੀ ਨੋਨ ਕਨਵੈਨਸ਼ਨ ਐਨਰਜੀ ਜਿਹਨੂੰ ਅਸੀਂ ਕਹਿੰਦੇ ਹਾਂ, ਸੋਲਰ ਪਾਵਰ ਪਲਾਂਟ, ਬੈਗਾ ਸੋਸੇ ਦੇ ਬਾਇਓ ਐਨਰਜੀ, ਇਹਦਾ ਸਾਰਾ ਕੁਛ ਰਲਾ ਕੇ ਤਕਰੀਬਨ 8000 ਮੈਗਾਵਾਟ ਦੀ ਸਾਡੀ ਕਪੈਸਿਟੀ ਸੀ। ਸਾਨੂੰ ਚਾਹੀਦਾ 7000 ਸੀ ਜੀ ਜੀ ਡੇ ਟੂ ਡੇ 'ਚ, ਇਸ ਕਰਕੇ ਬਲਕਿ ਅਸੀਂ ਪੈਸੇ ਕਮਾ ਸਕਦੇ ਸੀ ਉੱਥੇ ਗ੍ਰਿਡ ਨੂੰ ਜ਼ਿਆਦਾ ਦੇ ਕੇ ਉਹਦੇ 'ਚ ਹਿੱਸਾ ਪਾ ਕੇ, ਔਰ ਜਾਂ ਸਾਨੂੰ ਲੋੜ ਉਦੋਂ ਲੈ ਸਕਦੀ ਸੀ। ਉਹਦੀ ਡਿਫੀਕਲਟੀ ਕਿੱਥੇ ਸੀ, ਅਸੀਂ ਜਿਹੜੀ ਪਿਛਲੇ ਸਮੇਂ ਦੇ ਵਿੱਚ ਟਰਾਂਸਮਿਸ਼ਨ ਦੀ ਜਿਹੜੀ ਪਾਵਰ ਸੀ, ਆਫਟਰ ਬੀਜੀ ਹੋਣੀ ਤਾਂ ਤਾਰਾਂ ਨਾਲ ਟਰਾਂਸਮਿਸ਼ਨ ਆਈ ਜਾਣੀ ਯਾਰ ਜੀ ਜੀ, ਸਾਡੀ ਟਰਾਂਸਮਿਸ਼ਨ ਦੀ ਕਪੈਸਿਟੀ ਜਿਹੜੀ ਸੀ ਉਹ 6400 ਦੀ ਸੀ, ਤੇ ਪਿਛਲੇ ਇੱਕ ਸਾਲ 'ਚ ਇਹਨਾਂ ਨੇ 6400 ਤੋਂ 7800 ਕਰੀ ਹੈ। ਹੁਣ ਜਦੋਂ ਕਪੈਸਿਟੀ ਸਡਨਲੀ ਤੁਹਾਨੂੰ ਲੋੜ ਆਇਆ, ਜੇ ਜ਼ਿਆਦਾ ਲੋਡ ਉਹਦੇ 'ਤੇ ਪਾ ਦੋਗੇ, ਉਹ ਜਿਹੜੀ ਅਸੀਂ ਕਪੈਸਿਟੀ ਕਹਿੰਦੇ ਹੁਣ ਉਹਦੀ ਥੋੜ੍ਹੀ ਜਿਹੀ ਗਾਹਾਂ ਵੱਧ ਵੀ, ਜਿਵੇਂ ਆਪਾਂ ਕਹਿੰਦੇ ਵੀ ਇੰਨਾ ਕੁ ਉਦੋਂ ਵੱਧ ਵੀ ਚੁੱਕ ਸਕਦਾ ਬੰਦਾ ਜੀ ਜੀ, ਉਹ ਪਰ ਜੇ ਇੱਕ ਲੈਵਲ ਤੋਂ ਵੱਧ ਜਾਏਗਾ ਸੜਨੀਆਂ ਸ਼ੁਰੂ ਹੋ ਜਾਣਗੀਆਂ ਤਾਰਾਂ, ਟਰਾਂਸਫਾਰਮਰ ਸਾਰੇ ਛੱਡ ਜਾਣਗੇ, ਵੱਡੇ ਟਾਵਰ ਸੜ ਜਾਣਗੇ ਤੁਹਾਡੇ, ਫਿਰ ਤਾਂ ਬਿਲਕੁਲ ਬ੍ਰੇਕ ਡਾਊਨ ਹੋ ਜੂਗੀ ਜੀ ਜੀ ਜੀ। ਸੋ ਇਸ ਕਰਕੇ ਨਾ ਅਸੀਂ ਦੋ ਡਿਫੈਕਟ ਸਾਡੇ 'ਚ ਪਏ ਰਹੇ ਨੇ, ਇੱਕ ਅਸੀਂ ਉਹ ਪਾਵਰ ਪਲਾਂਟ ਐਗਰੀਮੈਂਟ ਜਿਹੜੀ ਸੀ, ਤਿੰਨ ਗੱਲਾਂ ਹੋਈਆਂ ਨੇ, ਉਹ ਨਹੀਂ ਰਿਵਾਈਜ਼ ਕਰੇ, ਦੂਜਾ ਅਸੀਂ ਆਪਦਾ ਬੰਦ ਕਰਤਾ, ਕਿਉਂਕਿ ਅਸੀਂ ਉੱਥੋਂ ਲੈਣੇ ਸੀ ਵੀ ਉਹਨਾਂ ਦੇ ਫਿਕਸ ਚਾਰਜ ਨੂੰ ਜਸਟੀਫਾਈ ਕਰਨ ਵਾਸਤੇ ਅਸੀਂ ਆਪਦਾ ਗੁਰੂ ਨਾਨਕ ਦੇਵ ਵਾਲਾ ਤਾਂ ਬੰਦ ਹੀ ਕਰਤਾ, ਉਹਨੂੰ ਅਪਗ੍ਰੇਡ ਕਰ ਸਕਦੇ ਸੀ, ਪੈਸੇ ਉੱਥੇ ਨਹੀਂ ਲੱਗਦੇ ਸੀ। 1000 ਕਰੋੜ ਰੁਪਇਆ ਸਰਕਾਰ ਵਾਸਤੇ ਕੀ ਔਖਾ ਸੀ, ਜਿੱਥੇ ਇੰਨੇ 2800 ਕਰੋੜ ਰੁਪਇਆ ਤਾਂ ਇਕੱਲਾ ਕੋਲਾ ਧੋਣ ਦਾ ਦਿੱਤਾ ਜੀ 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 ਜੀ। ਸੋ ਇਸ ਕਰਕੇ 4000 ਕਰੋੜ ਰੁਪਇਆ ਹਰ ਸਾਲ ਫਿਕਸ ਚਾਰਜ ਦਾ ਫਾਲਤੂ ਦੇ ਰਿਹਾ ਸੀ, 1000 ਕਰੋੜ ਰੁਪਇਆ ਲਾ ਕੇ ਆਪਦਾ ਪਲਾਂਟ ਤੁਸੀਂ ਅਪਗ੍ਰੇਡ ਕਰ ਸਕਦੇ ਸੀ, ਉਹਦੀ ਜ਼ਮੀਨ ਵੇਚਣ ਦੀ ਤਿਆਰੀ ਕਰਦੀ। ਇੱਦਾਂ ਹੀ ਜਿਹੜਾ ਹੈਗਾ ਰੋਪੜ ਵਾਲਾ ਵੀ ਬੰਦ ਕਰਨ ਦੇ ਕਿਨਾਰੇ ਆ, ਲਹਿਰਾ ਮੁਹੱਬਤ ਦਾ ਵੀ ਇਹੀ ਹਾਲ ਕਰ ਰਹੇ ਨੇ, ਜੇ ਤੁਸੀਂ ਆਪਦੀ ਸਰਕਾਰੀ ਕਪੈਸਿਟੀ ਘਟਾਈ ਜਾਣੀ ਹੈ, ਪ੍ਰਾਈਵੇਟ ਦਾ ਵਧਾਈ ਜਾਣਾ, ਫਿਰ ਤਾਂ ਤੁਹਾਡਾ ਹਾਲ ਇਹੀ ਰਹਿਣਾ ਜੀ ਜੀ। ਸੋ ਦੂਜਾ ਅਸੀਂ ਇਹ ਗਲਤੀ ਕਰੀ। ਤੀਜੀ ਗਲਤੀ ਜਿਹੜੀ ਅਸੀਂ ਕਰੀ ਹੈ ਉਹ ਇਹ ਹੈ ਕਿ ਅਸੀਂ ਟਰਾਂਸਮਿਸ਼ਨ ਜਿੰਨੀ ਜ਼ਿਆਦਾ ਕਰਨੀ ਸੀ, ਆਫਟਰ ਜੇ ਬਿਜਲੀ ਚਾਹੀਦੀ ਹੈ ਉਹਦਾ ਸਾਨੂੰ ਇਹ ਪ੍ਰਬੰਧ ਤਾਂ ਕਰਨਾ ਹੀ ਪਊ, ਜਦ ਸਾਨੂੰ 14-13000 ਮੈਗਾਵਾਟ ਚਾਹੀਦੀ ਹੈ ਜਿਸ ਵੇਲੇ, ਉਦੋਂ ਆਊ ਕਿਵੇਂ ਸਾਡੇ ਕੋਲ ਜੀ ਜੀ। ਪਾਵਰ ਪਲਾਂਟ ਦੇ ਉੱਤੇ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ, ਚਾਹੇ ਅਸੀਂ ਨੈਸ਼ਨਲ ਗ੍ਰਿਡ 'ਚੋਂ ਲੈਂਦੇ ਹਾਂ ਚਾਹੇ ਕਿਸੇ ਹੋਰ ਪਲਾਂਟ ਤੋਂ ਲੈਂਦੇ ਹਾਂ, ਅਟਕ ਬਿਜਲੀ ਨੇ ਆਉਣਾ ਤਾਂ ਹੈ ਨਾ ਜੀ, ਉਹ ਆਊ ਕਿਵੇਂ? ਉਹ ਟਰਾਂਸਮਿਸ਼ਨ ਤੁਸੀਂ ਕਾਰਪੋਰੇਸ਼ਨ ਬਣਾਤੀ, ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਬਣਾਤੀ, ਉਹਨੇ ਪਿਛਲੇ 20 ਸਾਲਾਂ 'ਚ ਕੀ ਕਰਿਆ ਹੈ? 2003 ਦੇ ਐਕਟ ਦੇ ਅੰਡਰ ਤੁਸੀਂ 5 'ਚ ਬਣਾ ਕੇ ਆ ਗਏ ਜੀ 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 ਜੀ, 10 ਦੇ ਵਿੱਚ। ਸੋ ਇਸ ਕਰਕੇ ਜਿਹੜਾ ਸਾਡਾ 8-10 ਦੇ ਵਿੱਚ ਹੋਇਆ, 10 ਸਾਲਾਂ ਦੇ ਵਿੱਚ ਉਹਨੇ ਕੀ ਕਰਿਆ ਕਾਰਪੋਰੇਸ਼ਨ? ਆਪਣਾ ਡਾਕਟਰ ਬਾਜਵਾ ਜੁੜ ਗਿਆ, ਇੱਕ ਮਿੰਟ, ਆਪਣਾ ਡਾਕਟਰ ਬਾਜਵਾ ਜੁੜ ਗਿਆ, ਉਹਨਾਂ ਦਾ ਕੁਐਸਚਨ ਲੈ ਕੇ ਅੱਗੇ ਵੱਧਦੇ ਹਾਂ। ਡਾਕਟਰ ਬਾਜਵਾ, ਤੁਸੀਂ ਔਨ 에ਅਰ ਹੋ ਜੀ, ਡਾਕਟਰ ਸਾਹਿਬ ਆਪਣੇ ਨਾਲ ਆਨਲਾਈਨ ਬਣੇ ਹੋਏ ਹਾਂ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਔਰ ਮੇਰੇ ਵੱਲੋਂ ਡਾਕਟਰ ਪਿਆਰੇ ਲਾਲ ਗਰਗ ਨੂੰ ਵੀ ਸਤਿ ਸ਼੍ਰੀ ਅਕਾਲ, ਅਤੇ ਉਹ ਬਹੁਤ ਚੰਗੀ ਤਰ੍ਹਾਂ ਤੁਹਾਡੇ ਬਿਜਲੀ ਅਤੇ ਕਾਂਗਰਸ ਅਤੇ ਹੋਰ ਇਸ਼ੂਜ਼ 'ਤੇ ਗੱਲ ਕਰ ਰਿਹਾ। ਮੇਰਾ ਇੱਕ ਸਵਾਲ ਹੈ ਜੀ, ਮੈਂ ਉਹ ਦੇਖਦਾ ਵੀ ਜਿਹੜਾ ਮੇਰਾ ਆਪਣਾ ਇੱਕ ਓਪੀਨੀਅਨ ਹੈ ਵੀ ਡਾਕਟਰ ਸਾਹਿਬ ਦਾ ਉੱਥੇ ਕੀ ਸੋਚ ਹੈ। ਦੇਖੋ, ਮੈਨੂੰ ਐਂ ਸਮਝਦਾ ਵੀ 4.5 ਸਾਲ ਦੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ, ਅਤੇ ਉਸ ਤੋਂ ਬਾਅਦ ਕਾਂਗਰਸ ਦੇ ਵਿਦ ਇਨ ਦੀ ਅਪੋਜੀਸ਼ਨ ਕੈਪਟਨ ਸਰਕਾਰ ਨੂੰ ਜਾਂ ਕੈਪਟਨ ਸਾਹਿਬ ਨੂੰ, ਔਰ ਤੀਜੀ ਮੋਸਟ ਇੰਪੋਰਟੈਂਟ ਜਿਹੜੀ ਕੈਪਟਨ ਸਾਹਿਬ ਨੇ ਸਟੇਟਮੈਂਟ 2017 'ਚ ਦਿੱਤੀ ਸੀ, ਕਿਉਂਕਿ 10 ਸਾਲ ਤਾਂ ਕਾਂਗਰਸ ਆਊਟ ਸੀਗੀ, ਪਰ ਉਹ 10 ਸਾਲ ਦੇ ਕਾਰਜਕਾਲ 'ਚ ਉਸ ਤੋਂ ਪਹਿਲਾਂ ਆਊਟ ਗੋਇੰਗ ਸੀ ਐਮ ਏ ਸੀ, ਅਤੇ 10 ਸਾਲ ਤਾਂ ਇਹ ਕਾਂਗਰਸ ਨੂੰ ਅਪ ਨਹੀਂ ਕਰ ਸਕੇ। ਪਰ ਮੁੜ ਕੇ ਇਹਨਾਂ ਨੇ ਇੱਕ ਬਿਆਨ ਦੇ ਦਿੱਤਾ ਵੀ ਐਤਕਾਂ ਮੈਨੂੰ ਤੁਸੀਂ ਰਹਿਣ ਦਿਓ, ਅਤੇ ਮੈਂ 22 ਦੇ ਵਿੱਚ ਇਲੈਕਸ਼ਨ ਨਹੀਂ ਲੜੂੰਗਾ। ਮੈਨੂੰ ਇਹ ਲੱਗਦਾ ਕਿ ਇਹ ਜਿਹੜੀਆਂ 3 ਗੱਲਾਂ ਹੈ ਇਹ ਹਾਈ ਕਮਾਂਡ ਦੇ ਉੱਤੇ ਬਹੁਤ ਵੇ ਕੀਤੀਆਂ, ਔਰ ਉਹਨਾਂ ਨੇ ਅਗਰ ਹਾਈ ਕਮਾਂਡ ਦੀ ਕਪਤਾਨ ਸਾਹਿਬ ਨੂੰ ਸਪੋਰਟ ਹੁੰਦੀ ਤਾਂ ਉਹ ਕਦੇ 18 ਗਲਤੀਆਂ ਨਹੀਂ, ਇੱਕ ਕਿਸਮ ਦੀਆਂ ਜਿਹੜੇ 18 ਪੁਆਇੰਟ ਹੈ ਉਹ ਇਹਨਾਂ ਦੀਆਂ ਐਡਮਿਨਿਸਟ੍ਰੇਸ਼ਨ ਦੀਆਂ ਇਨਐਡੋਕੁਏਸੀਸ ਅਤੇ ਉਹਨਾਂ ਦੀਆਂ ਇੱਕ ਕਿਸਮ ਦੀਆਂ ਗਲਤੀਆਂ ਵੀ ਤੁਸੀਂ ਕੰਮ ਨਹੀਂ ਕੀਤਾ। ਨਾਲ ਹੁਣ ਉਹਨਾਂ ਨੇ ਇਹ ਸੋਚਿਆ ਬਈ ਅਸੀਂ ਕਪਤਾਨ ਸਾਹਿਬ ਨੂੰ ਛੱਡ ਸਕਦੇ ਹਾਂ ਜੇ ਅਸੀਂ ਗਾਂਹ ਜਿੱਤਣਾ, ਅਤੇ ਅਸੀਂ ਕੋਈ ਇੱਕ ਨਵਾਂ ਚਿਹਰਾ ਲਿਆ ਸਕਦੇ ਹਾਂ। ਨਾ ਹੁਣ ਦੂਜੀ ਇਹ ਚੀਜ਼ ਹੈ ਕਿ ਹਾਈ ਕਮਾਂਡ ਨੂੰ ਇਸ ਟਾਈਮ ਕੀ ਕਰਨਾ ਪਏਗਾ। ਮੇਰਾ ਇਹ ਵਿਚਾਰ ਹੈ ਵੀ ਹਾਈ ਕਮਾਂਡ ਨੂੰ ਇੱਕ ਇਹੋ ਜਿਹਾ ਐਕਸ਼ਨ ਲੈਣਾ ਚਾਹੀਦਾ ਜਿਹੜੀਆਂ ਨਾਰਥ ਇੰਡੀਆ ਦੀਆਂ ਕਾਂਗਰਸ ਸਟੇਟਾਂ ਦੇ ਵਿੱਚ ਇੱਕ ਇੰਪੈਕਟ ਪਵੇ। ਇਹ ਜਿਹੜੇ ਕਮਲਨਾਥ, ਗਲੋਟ, ਕਪਤਾਨ, ਇਹੋ ਜਿਹੇ ਲੋਕਾਂ ਨੂੰ ਸੈਂਟਰ 'ਚ ਲੈ ਜਾਣਾ ਚਾਹੀਦਾ। ਇਹ ਹੁਣ ਸੀਨੀਅਰ ਲੀਡਰ ਹੈ, ਇਹ ਉਤਲੇ ਥੈਂਕ 'ਚ ਜਾਣ, ਔਰ ਉਹ ਫਿਰ ਇੱਕ ਮੈਸੇਜ ਜਾਏਗਾ ਹਾਈ ਕਮਾਂਡ ਦਾ ਨਵਾਂ ਲੀਡਰ ਜਿਵੇਂ ਆਪਣਾ ਰਾਹੁਲ ਹੈ, ਉਹਦਾ ਇੱਕ ਇੰਪੈਕਟ ਪਏਗਾ ਕਿ ਇਹ ਬੰਦਾ ਫੈਸਲਾ ਕਰ ਸਕਦਾ। ਜਿੰਨਾ ਚਿਰ ਤੁਸੀਂ ਫੈਸਲਾ ਨਹੀਂ ਕਰ ਸਕਦੇ ਓਨੀ ਦੇਰ ਤੁਸੀਂ ਕੋਈ ਪਾਰਟੀ ਨਹੀਂ ਚਲਾ ਸਕਦੇ। ਸੋ ਇਹ ਮੇਰਾ
अपने वालों मेरा ओपिनियन है डॉक्टर साहब इसकी बाबत की सोचते हैं। धन्यवाद धन्यवाद जी धन्यवाद। डॉक्टर साहब अपने को मिनट चार की ने इन्हों पर भी अवलब कर दो ते बिजली वाला काम भी समाप्त करो मिनट चार की ने जी। बिजली का मैं समाप्त करता है भी आ चार गल्लां ने इन्हों नूं चाहिदा सी ये चारे इन्हों ने करिए ने ना रिव्यू करिए ओ मैनूं एक गल मैनूं एक गल याद आ गई डॉक्टर साहब जो तुसीं कह रहे सीगे कि इन्ने सौ मेगावाट इस प्राइवेट तो आऊगी इन्ने सौ इन्ने च तां कर लिओ डिप्टी सी एम जिहड़े फॉर्मर सीगे सरदार सुखबीर सिंह बादल उह कहिंदे सीगे कि इन्नी बिजली वाधू कर देनी है कि पर लाहौर वालों नूं पुछना पैना भी उन्होंने चाहिए है तो वह शायद खंभे खुंभे लवा के बैठे होने का भी नहीं पता शायद वो इस माइंड सैट दे विच होण पर एनीवे तुसीं बहुत सोहना इलैबोरेट किया डॉक्टर साहब ਉਹਨਾਂ ਦਾ ਤਾਂ ਇਹ ਵੀ ਸੀ ਕਹਿੰਦੇ ਟਰੱਕ ਭਰ ਕੇ ਨੋਟਾਂ ਦੇ ਆਉਣਗੇ ਆਪਾਂ ਉਹਨਾਂ ਦੀ ਗੱਲ ਛੱਡੀਏ ਜਿਹੜਾ ਆਪਣੇ ਕਾਲਰਾਂ ਨੇ ਸਵਾਲ ਕੀਤੇ ਨੇ ਉਹ ਮੋਟੀ ਗੱਲ ਹੀ ਹੈ ਵੀ ਕਾਂਗਰਸ ਦੇ ਅੰਦਰਲਾ ਕਾਟੋ ਕਲੇਸ਼ ਹੈ ਇਹਦੇ 'ਚ ਦੋਨਾਂ ਹੀ ਦੇ ਪੋਜ਼ਿਟਿਵ ਨੈਗੇਟਿਵ ਹੈਗੇ ਨੇ ਉਹਦੇ ਉੱਤੇ ਆਪਾਂ ਕੋਈ ਆਪਣੀ ਓਪੀਨੀਅਨ ਵੀ ਆਹ ਜ਼ਰੂਰ ਇਹ ਕਰੇ ਕਾਂਗਰਸ ਤਾਂ ਉਹ ਕਹਿ ਸਕਦੇ ਨੇ ਆਪਾਂ ਨਹੀਂ ਕਹਾਂਗੇ ਵੀ ਕਾਂਗਰਸ ਐਂ ਕਰੇ ਜੀ ਕਾਂਗਰਸ ਹਾਈ ਕਮਾਂਡ ਦੇਖ ਰਹੀ ਉਹ ਦੇਖੇਗੀ ਵੀ ਅਸੀਂ ਜੰਗ ਨੂੰ ਲਿਆਉਣਾ ਨਹੀਂ ਇੱਕ ਗੱਲ ਮੈਂ ਲਾਸਟ ਕਹਾਂਗਾ ਇਹਦੇ ਉੱਤੇ ਵੀ ਜਿਹੜੇ ਦਰਖਤ ਨੇ ਨਾ ਉਹ ਵੀ ਪੁਰਾਣੇ ਪੱਤਿਆਂ ਨੂੰ ਝਾੜ ਕੇ ਨਵੇਂ ਪੱਤੇ ਆ ਜਾਂਦੇ बस तुसीं बड़ी पते की गल की हाँ जी हाँ जी बहुत पते की गल की डॉक्टर साहब मिनट तीन ने ये मैं समझा दो मैं एक क्वेश्चन जी सेंटर च फेर बदल हुई वो बारे भी सी होर भी क्वेश्चन सके पर मैं एक लास्ट एक गल समझा दो कि IPC जो इंडियन पीनल कोड 124A वो छोटे छोटे सैक्शन से IT बारे इनफॉर्मेशन टेक्नोलॉजी बारे कि जे कोई गलत अफवाह फैला ये वो खत्म कर दते पर पुलिस हले भी अरैसट पा रही है ये जानकारी नहीं पहुंची है कि उदा थोड़ा एलैबोरेट कर दो बस दो मिनट अपने मिनट दो ही रहे मोटी गल ये है ये मामला फोकस हुण होया सुप्रीम कोर्ट के द्वारा सुप्रीम कोर्ट के चीफ जस्टिस के बेंच के सामने ये आया जब UAPA के अंडर लोग अरैसट करे हुए थे उन्होंने आख्या भी हुण भी लोड़ है इसकी ये जिहड़ा एक्ट है UAPA ये अंडर महात्मा गांधी ने अरैसट करया सी तुसी हुण भी लोड़ है डिसेंट नू ते सडिशन नू यानी कि देश का तख्त उलटाउण नू ते आपदा विरोधी विचार रखण नू दोहां नू फर्क समझो और 1995 च सुप्रीम कोर्ट ने फैसला भी दिता सी भी जे किसी ने खालिस्तान के नारे लाए ने तो कोई एड्डी वड्डी गल नहीं है माड़ी गल नहीं है कोई सडिशन नहीं है नारे ला दिता लाते उन्हें किहड़ा तुहानू खराब करता सो इस करके वो जिहड़ा केस सुनवाई कर रहे थे उत्थे सोलिसिटर जनरल नूं पुछा भी दसो हुण की लोड़ है इहदी एक तां इह गल कही है दूजा उहदे च कहा क्योंकि IT दा आ रहा सी भी वो IT दे बारे जिहड़ा तुसीं बनाया सी भी आह मैसेज होगा आह होगा आह होगा उहदे उत्ते असीं 124A दीआं धारां ला के सडिशन दा केस लावांगे उह तां ऑलरेडी असीं खत्म करिया होइआ सुप्रीम कोर्ट ने तुसीं उहदे अंडर किवें बुक करी जांदे हो लोकां तुहानूं इन्ना ज्ञान ही नहीं है पुलिस वालिआं नूं कि तुसीं धक्के नाल ही बुक करी जांदे हो इह दो गल्लां ने 124A ਦੇ ਅੰਡਰ ਹੀ ਉਹਦੇ ਚ ਕੁਝ ਨਹੀਂ ਹੋਰ ਵੀ ਜੇ ਕੋਈ IT ਦੇ ਵਿੱਚ ਕੋਈ ਮੈਸੇਜ ਪਾਤਾ ਜੀ ਕੋਈ WhatsApp ਮੈਸੇਜ ਪਾਤਾ ਜੀ ਜੀ ਤੇ ਕੋਈ ਕੁਝ ਲਿਖਤਾ Facebook ਤੇ ਲਿਖਤਾ ਉਹਨੇ ਲਿਖਤਾ ਵੀ ਕੇਂਦਰ ਸਰਕਾਰ ਬਾਰੇ ਜਾਂ ਕਿਸੇ ਏਜੰਸੀ ਬਾਰੇ ਜਾਂ ਕੋਈ ਵੀ ਉਹਦੇ ਉੱਤੇ ਜਾ ਕੇ ਕੇਸ ਬਣਾ ਦਿੰਦੇ ਸੀ ਕਿ ਤੂੰ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਬਣਿਆ ਹੋਇਆ ਜੀ ਜੀ ਤੂੰ ਉਸ ਐਕਟ ਦੀ ਫਲਾਣੀ ਧਾਰਾ ਵਾਇਲੇਟ ਕਰੀ ਹੈ ਇਹਦੇ ਕਰਕੇ 124A ਦੇ ਅੰਡਰ ਤੈਨੂੰ ਬੁੱਕ ਕਰਿਆ ਜਾਂਦਾ ਵੀ ਸਡੀਸ਼ਨ ਹੈ ਜੀ 124 ਇਹਦੇ ਅੰਦਰ ਹੀ ਸਡੀਸ਼ਨ ਦਾ ਮਤਲਬ ਤੂੰ ਸਰਕਾਰ ਦਾ ਤਖਤ ਉਲਟਾਉਣਾ ਚਾਹੁੰਦਾ ਹੈ ਸਰਕਾਰ ਦੇ ਖਿਲਾਫ ਗੂੰਦ ਗੂੰਦ ਹੈ ਸ਼ੜਯੰਤਰ ਰਚ ਰਿਹਾ ਸੋ ਸ਼ੜਯੰਤਰ ਦਾ IT ਦੇ ਵਿੱਚੋਂ ਛੋਟੀਆਂ ਛੋਟੀਆਂ ਗੱਲਾਂ ਤੇ ਵੀ ਕਿਸੇ ਨੇ ਟਿੱਚਰ ਕਰਤੀ ਕਿਸੇ ਨੂੰ ਕਿਸੇ ਨੇ ਮੋਦੀ ਸਾਹਿਬ ਦਾ ਕਾਰਟੂਨ ਪਾਤਾ ਹੈ ਜਿਵੇਂ ਆ ਇਹਨਾਂ ਨੇ ਹੁਣ ਨਹੀਂ ਕਰਿਆ ਸੀ ਉਹਨਾਂ ਨੂੰ ਅਰੈਸਟ ਨਹੀਂ ਕਰਿਆ ਜਿਹੜੇ ਕਹਿੰਦੇ ਸੀ ਵੀ ਇਹ ਭਾਈ ਆਕਸੀਜਨ ਦੇ ਉੱਤੇ ਗੱਲ ਕਰ ਰਹੇ ਸੀ 15 25 26 ਬੱਚੇ ਦਿੱਲੀ ਦੇ ਵਿੱਚ ਜੀ 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 ਜਾਂ ਜਿਵੇਂ ਇੱਥੇ ਕਿਸੇ ਨੇ ਪਾਇਆ ਸੀ ਆਪਦੇ ਉਹਦੇ ਵਿੱਚ ਕਿ ਮੇਰਾ ਬਾਪ ਬਹੁਤ ਔਖਾ ਹੈ ਕੋਈ ਜੇ ਕਿਸੇ ਕੋਲ ਆਕਸੀਜਨ ਹੋਵੇ ਮਿਲ ਦਿਓ ਉਹਨੇ ਮੈਸੇਜ ਹੀ ਪਾਇਆ ਸੀ ਜੀ ਜੀ ਉਹ IT ਐਕਟ ਦੇ ਅੰਦਰ ਹੀ ਉਹਦੇ ਗਲਤ ਮੈਸੇਜ ਪਾ ਕੇ ਸਰਕਾਰ ਦਾ ਇਮੇਜ ਖਰਾਬ ਕਰ ਰਿਹਾ ਉਹਦੇ ਤੇ ਕੇਸ ਬਣਾਇਆ ਸੀ ਉਸ ਤਰ੍ਹਾਂ ਦੇ ਕੇਸ ਹੁਣ ਬਣਾ ਨਹੀਂ ਸਕਦੀ ਕਿਉਂਕਿ ਉਹਨਾਂ ਨੇ ਆਲਰੇਡੀ ਸੈਟੀਸਫਾਈਡ ਕਰਿਆ ਹੋਇਆ ਵੀ ਇਦਾਂ ਨਹੀਂ ਤੁਸੀਂ ਕੇਸ ਬਣਾ ਸਕਦੇ ਜੀ ਜੀ ਤੇ ਉਹ ਮਾਨਯੋਗ ਤਿੰਨ ਜੱਜਾਂ ਦੇ ਬੈਂਚ ਨੇ ਜਿੱਥੇ ਚੀਫ ਜਸਟਿਸ ਆ ਉਹਦੇ ਉਹ ਹੈਡ ਕਰ ਰਹੇ ਸੀ ਉਹਨਾਂ ਪੁੱਛਿਆ ਵੀ ਹੁਣ ਵੀ ਤੁਹਾਨੂੰ ਇੰਨਾ ਵੀ ਨਹੀਂ ਪਤਾ ਵੀ ਇਹ ਖਤਮ ਕਰਦਾ ਸੁਪਰੀਮ ਕੋਰਟ ਨੇ ਤੁਸੀਂ ਫੇਰ ਬਣਾਈ ਜਾਂਦੇ ਜੀ ਲੋਕਾਂ ਨੂੰ ਅੰਦਰ ਕਰੀ ਜਾਂਦੇ ਹੋ ਜੀ ਜੀ ਆ ਗੱਲ ਜੀ ਜੀ ਡਾਕਟਰ ਸਾਹਿਬ ਆਪਣੇ ਕੋਲ ਕੁਐਸਚਨ ਬਹੁਤ ਸੀਗੇ ਉਹ ਕੇਂਦਰ ਦੀ ਫੇਰ ਬਦਲ ਅਤੇ ਬਿਜਲੀ ਦੇ ਇੱਕ ਦੋ ਕੁਐਸਚਨ ਹੋਰ ਸੀ ਵਕਤ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਫਿਰ ਕਿਸ ਦਿਨ ਸੈਸ਼ਨ ਲਾਵਾਂਗੇ ਤੁਸੀਂ ਆਪਦਾ ਪੂਰਾ ਖਿਆਲ ਰੱਖਿਓ ਇੱਦਾਂ ਹੀ ਮੁਸਕਰਾਉਂਦੇ ਰਿਹਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸ਼ੁਕਰੀਆ ਜੀ ਬਹੁਤ ਦਰਸ਼ਕੋ ਇਹ ਸਨਮਾਨਯੋਗ ਡਾਕਟਰ ਪਿਆਰੇ ਲਾਲ ਗਰਗ ਬਹੁਤ ਸੋਹਣਾ ਇਲੈਬਰੇਟ ਕੀਤਾ ਹਰ ਚੀਜ਼ 'ਤੇ ਮੈਨੂੰ ਲੱਗਦਾ ਇਦੋਂ ਵਧੀਆ ਕਲੈਰੀਫਿਕੇਸ਼ਨ ਕੋਈ ਹੋਰ ਦੇ ਸਕਦਾ ਪਰ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ ਆਪਣਾ ਪੂਰਾ ਖਿਆਲ ਰੱਖਣਾ ਅਗਲੇ ਹਫ਼ਤੇ ਕਿਸੇ ਨਵੀਂ ਸ਼ਖਸੀਅਤਾਂ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਮੈਨੂੰ ਗੁਰਲਾਲ ਨੂੰ ਦੀ ਇਜਾਜ਼ਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਤੇ ਸ਼ਬਾ ਖੈਰ।